हेलो। हेलो ईश्वर सर, सत श्री अकाल जी। बस सत्यकाल जी। रेडी सर? हाँ जी, हाँ जी सर, रेडी अच्छा, सर। किसी को होस्ट नहीं बनाना? सर किसी को मैं को होस्ट तो नहीं बनाना, और कोई अपने साथी नु? नहीं नहीं सर, कोई इशू नहीं। शुरू करिए जी। अच्छा, हाँ जी, हाँ जी सर। हाँ जी सर, अपनी वीडियो ऑन कर ले, अपने ला वीडियो स्टार्ट कर ले। और हाँ जी, वीडियो मेरी ऑन है जी सर। पर मेरे को नहीं आ मेरी रही आवाज, मेरी वीडियो। मेरी आवाज सही आ रही है जी? आवाज आ रही है? सारा आप म्यूट कर दिए सर एक बार।
कर लो स्टार्ट सर, कर लो जी। ਬਰਤਨ ਸਮੇਂ ਜਿਹੜੀਆਂ ਸਾਵਧਾਨੀਆਂ ਇਸ ਬਾਰੇ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਦੇ ਵਿੱਚ ਜਿਸ ਤਰ੍ਹਾਂ ਕਿ ਵਿਭਾਗ ਦੇ ਜਿਹੜੇ ਆਪਾਂ ਨੂੰ ਆਦੇਸ਼ ਹੋਏ ਨੇ ਜਾਂ ਆਪਾਂ ਨੂੰ ਪੰਜਾਬ ਸਰਕਾਰ ਦੇ ਜਿਹੜੇ ਆਦੇਸ਼ ਹੋਏ ਨੇ ਉਹਨਾਂ ਦੇ ਮੁਤਾਬਕ ਸਾਨੂੰ ਜਿਹੜੀਆਂ ਹਦਾਇਤਾਂ ਹੋਈਆਂ COVID-19 ਦੇ ਸੰਬੰਧ ਵਿੱਚ ਆਪਾਂ ਜਿਹੜਾ ਸਾਡੀ ਹੈ ਉਹਦੇ ਸੰਬੰਧ ਵਿੱਚ ਆਪਾਂ ਹੋਰ ਸਾਡੇ ਸਾਡੇ ਵਿੱਚ ਆਪਾਂ ਗੱਲ ਕਰਾਂਗੇ। ਈਸ਼ਵਰ ਸਰ ਜੀ, ਸਰ ਜੀ ਸਰ ਤੁਹਾਡੀ ਆਵਾਜ਼ ਕਦੀ ਘੱਟ ਜਾਂਦੀ ਕਦੀ ਵੱਧ ਜਾਂਦੀ ਹੈ, ਕੋਈ ਗੱਲ ਨਹੀਂ ਸਰ, ਮਾਈਕ ਨੂੰ ਥੋੜ੍ਹਾ ਨੇੜੇ ਕਰ ਲਓ ਪਲੀਜ਼। ਹਾਂ ਜੀ ਹਾਂ ਜੀ, ਹੁਣ ਠੀਕ ਹੈ ਸਰ? ਹਾਂ ਹੁਣ ਠੀਕ ਹੈ। ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਮੁੱਚੇ ਸੰਸਾਰ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਆਪਣੇ ਰਾਜ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਮਹਾਂਮਾਰੀ ਫੈਲੀ ਹੋਈ ਹੈ ਉਸ ਤੋਂ ਬਚਾਅ ਦੇ ਲਈ ਜਿਹੜੇ ਡਾਕਟਰ ਸਾਹਿਬਾਨ ਹੈ ਜਾਂ ਮਾਹਿਰ ਨੇ ਬੜੇ ਉਪਰਾਲੇ ਕਰ ਰਹੇ ਆ ਔਰ ਆਪਾਂ ਨੂੰ ਜਿਹੜੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਉਸ ਤੋਂ ਕਿਸ ਤਰ੍ਹਾਂ ਬਚਣਾ ਗਾ ਸਾਨੂੰ ਤਰੀਕੇ ਦੱਸੇ ਜਾ ਰਹੇ ਆ ਮਾਹਿਰਾਂ ਦੁਆਰਾ ਤੇ ਪੰਜਾਬ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਹੈਗਾ ਮਿਸ਼ਨ ਫਤਿਹ ਦੇ ਤਹਿਤ ਆਪਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਵਾਸਤੇ ਉਸਦੇ ਵਿੱਚ ਸਾਰੇ ਜਿਹੜੇ ਢੰਗ ਤਰੀਕੇ ਹੈ ਕਿਸ ਤਰ੍ਹਾਂ ਇਸ ਮਹਾਂਮਾਰੀ ਤੋਂ ਆਪਾਂ ਕਿਸ ਤਰ੍ਹਾਂ ਇਸ ਵਾਇਰਸ ਤੋਂ ਆਪਾਂ ਸੁਰੱਖਿਅਤ ਰਹਿ ਸਕਦੇ ਹਾਂ ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਆਪਾਂ ਸੁਰੱਖਿਅਤ ਰੱਖਦੇ ਹਾਂ ਇਹ ਮਿਸ਼ਨ ਫਤਿਹ ਦੇ ਤਹਿਤ ਪੰਜਾਬ ਸਰਕਾਰ ਨੇ ਜਿਹੜਾ ਮਿਸ਼ਨ ਸ਼ੁਰੂ ਕੀਤਾ ਹੈਗਾ ਤਾਂ ਜੋ ਆਪਾਂ ਆਪਣੇ ਪਰਿਵਾਰ ਨੂੰ ਅਤੇ ਆਪਣੇ ਸਮਾਜ ਨੂੰ ਸੁਰੱਖਿਅਤ ਰੱਖ ਸਕੀਏ ਇਸ ਵਾਇਰਸ ਔਰ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ ਤਾਂ ਡਾਕਟਰ ਸਾਹਿਬਾਨ ਦੀ ਜਿਹੜੀ ਵਿਚਾਰ ਮੁਤਾਬਕ ਜਾਂ ਉਹਨਾਂ ਦੇ ਜਿਹੜੇ ਵਿਚਾਰ ਆ ਜਾਂ ਉਹਨਾਂ ਦੀਆਂ ਸਲਾਹਾਂ ਨੇ ਵੀ ਜੋ ਕਰੋਨਾ ਵਾਇਰਸ ਦੀ ਜਿਹੜੀ ਮਹਾਂਮਾਰੀ ਸਮੁੱਚੇ ਸੰਸਾਰ ਦੇ ਵਿੱਚ ਫੈਲੀ ਹੋਈ ਹੈ ਉਸ ਬਾਰੇ ਦੱਸਿਆ ਜਾਂਦਾ ਕਿ ਉਹਦੇ ਜਿਹੜੇ ਉਹਦੇ ਲੱਛਣ ਕੀ ਹੈ ਤੁਹਾਡੀ ਸਕਰੀਨ ਦੇ ਉੱਪਰ ਜੋ ਸਲਾਈਡ ਸ਼ੋਅ ਕਰ ਰਿਹਾ ਹੈਗਾ ਜਦੋਂ ਇਹ ਵਾਇਰਸ ਆਪਣੀ ਮਨੁੱਖੀ ਬੋਡੀ ਦੇ ਉੱਪਰ ਜੇ ਅਟੈਕ ਕਰਦਾ ਜਾਂ ਐਂਟਰ ਹੁੰਦਾ ਆਪਣੇ ਸਰੀਰ ਦੇ ਅੰਦਰ ਤਾਂ
ਜਿਹੜਾ ਇਹਦਾ ਜਿਹੜੇ ਮੁੱਢਲੇ ਲੱਛਣ ਆ ਬੁਖਾਰ ਤੇ ਥਕਾਵਟ ਔਰ ਲਗਾਤਾਰ ਖੰਘ ਦਾ ਆਉਣਾ ਔਰ ਲਾਸ ਆਫ ਟੇਸਟ ਔਰ ਮਾਹਿਰਾਂ ਨੇ ਇੱਕ ਹੁਣ ਆਪਾਂ ਨੂੰ ਇਸਦੇ ਜਿਹੜਾ ਨਵਾਂ ਲੱਛਣ ਜਿਹੜਾ ਦੱਸਿਆ ਹੈਗਾ ਉਹਦੇ ਵਾਸਤੇ ਕੀ ਹੈ ਉਹਦੇ ਵਿੱਚ ਜੋ ਪੀੜਤ ਹੈ ਉਹ ਆਪਣਾ ਜਿਹੜਾ ਸਵਾਦ ਲੈਣ ਦੀ ਸਮਰੱਥਾ ਹੈ ਕੋਈ ਵੀ ਖਾਣ ਵਾਲੀ ਚੀਜ਼ ਖਾਂਦਾ ਹੈਗਾ ਤਾਂ ਉਹ ਸਵਾਦ ਉਹਦਾ ਜਿਹੜਾ ਉਹਦੀ ਸਮਰੱਥਾ ਹੈ ਸਵਾਦ ਲੈਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ ਔਰ ਸੁੰਘਣ ਜਿਹੜੀ ਸੁੰਘਣ ਸ਼ਕਤੀ ਹੈ ਜਿਹੜੀ ਉਹ ਵੀ ਖਤਮ ਹੋ ਜਾਂਦੀ ਔਰ ਸਾਹ ਲੈਣ ਦੇ ਵਿੱਚ ਤਕਲੀਫ ਆਉਂਦੀ ਹੈ ਇਹ ਕੁਝ ਲੱਛਣ ਨੇ ਜਦੋਂ ਵਾਇਰਸ ਆਪਣੀ ਬੋਡੀ ਦੇ ਅੰਦਰ ਜਿਹੜਾ ਐਂਟਰ ਹੋ ਜਾਂਦਾ ਹੈਗਾ ਔਰ ਆਪਣੇ ਤੇ ਅਟੈਕ ਕਰਦਾ ਹੈ ਤਾਂ ਇਹ ਜਿਹੜੇ ਮੇਨ ਲੱਛਣ ਜਿਹੜੇ ਤੁਹਾਡੇ ਪ੍ਰਤੋ ਹੋ ਰਹੇ ਹੈ ਇਸ ਤਰ੍ਹਾਂ ਇਹਦਾ ਇੱਕ ਦੇ ਵਿੱਚ ਤਾਂ ਇਸ ਤੋਂ ਬਚਣ ਦੇ ਜਿਹੜੇ ਉਪਰਾਲੇ ਹੈ ਜਿਹੜਾ ਕਿਵੇਂ ਆਪਾਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂਗੇ ਉਹਦੇ ਵਾਸਤੇ ਆਪਾਂ ਨੂੰ ਮਾਹਿਰਾਂ ਨੇ ਜਿਹੜਾ ਦੱਸਿਆ ਹੈਗਾ ਤੁਹਾਡੀ ਸਕਰੀਨ ਦੇ ਉੱਪਰ ਮੈਂ ਜਿਹੜਾ ਸ਼ੋਅ ਕਰ ਰਿਹਾ ਤੁਹਾਨੂੰ ਦੇਖ ਰਿਹਾ ਹੈਗਾ ਕਹਿੰਦੇ ਨੇਕ ਐਸ ਐਮ ਐਸ ਯੂਅਰ ਹੈਬਿਟ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਐਸ ਐਮ ਐਸ ਨੂੰ ਆਪਣੀ ਜਿਹੜੀ ਆਦਤ ਬਣਾ ਲਓ ਐਸ ਐਮ ਐਸ ਯਾਨੀ ਐਸ ਸੋਪ ਵਾਸ਼ ਯੂਅਰ ਹੈਂਡਸ ਥਰੀ ਪੁਆਇੰਟ ਹਰ ਦੋ ਦੋ ਘੰਟਿਆਂ ਬਾਅਦ ਜਿਹੜੇ ਆਪਣੇ ਹੱਥ ਸਾਬਣ ਦੇ ਨਾਲ ਧੋਣੇ ਆ 20 ਸਕਿੰਟਾਂ ਦੇ ਲਈ ਆਪਣੇ ਹੱਥ ਸਾਬਣ ਦੀ ਝੱਟ ਦੇ ਨਾਲ ਅੱਛੀ ਤਰ੍ਹਾਂ ਮਲਣਾ ਹੈਗਾ ਔਰ ਅੱਛੀ ਤਰ੍ਹਾਂ ਸਾਫ਼ ਕਰਨਾ ਹੈਗਾ ਹੱਥਾਂ ਨੂੰ ਔਰ ਦੂਸਰਾ ਹੈ ਐਮ ਐਮ ਤੋਂ ਭਾਵ ਮਾਸਕ ਮਾਸਕ ਜਦੋਂ ਵੀ ਆਪਾਂ ਕਿਤੇ ਟਰੈਵਲਿੰਗ ਕਰਦੇ ਹਾਂ ਜਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਜਾਂ ਪਬਲਿਕ ਪਲੇਸਿਸ ਤੇ ਜਾਂਦੇ ਹੈਗੇ ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਹਾਂ ਜਾਂ ਜਾਂਦੇ ਹਾਂ ਤਾਂ ਮਾਸਕ ਪਹਿਨਣਾ ਜ਼ਰੂਰੀ ਹੈ ਔਰ ਪਿਆਰੇ ਦੋਸਤੋ ਆਪਾਂ ਦੇਖਣ ਦੇ ਵਿੱਚ ਆਇਆ ਹੈਗਾ ਅਕਸਰ ਮੈਂ ਦੇਖਦਾ ਹੈਗਾ ਜਦੋਂ ਵੀ ਮੈਂ ਬਾਹਰ ਜਾਂਦਾ ਸਮਾਜ ਦੇ ਵਿੱਚ ਵਿਚਰਦਾ ਕਿ ਲੋਕ ਫਾਰਮੈਲਿਟੀ ਦੇ ਤੌਰ ਤੇ ਆਪਣੇ ਮੂੰਹ ਦੇ ਉੱਪਰ ਜਿਹੜਾ ਮਾਸਕ ਪਾ ਲੈਂਦੇ ਨੇ ਔਰ ਨੱਕ ਨੂੰ ਚੰਗੀ ਤਰ੍ਹਾਂ ਢੱਕਦੇ ਨਹੀਂ ਇਹ ਬਹੁਤ ਹੀ ਗਲਤ ਹੈ ਔਰ ਬਹੁਤ ਹੀ ਘਾਤਕ ਹੈ ਕਿਉਂਕਿ ਮਾਹਿਰਾਂ ਨੇ ਦੱਸਿਆ ਹੈਗਾ ਜਿਹੜਾ ਇਹ ਵਾਇਰਸ ਹੈ ਬਾਏ ਏਅਰ ਵੀ ਆਪਾਂ ਨੂੰ ਜਿਹੜਾ ਸਕਦਾ ਹੈਗਾ ਔਰ ਮਾਸਕ ਜਿਹੜਾ ਪੂਰਾ ਮਾਸਕ ਦੇ ਨਾਲ ਜਿਹੜਾ ਨੱਕ ਵਗੈਰਾ ਪੂਰਾ ਜਿਹੜਾ ਢੱਕਿਆ ਹੋਣਾ ਚਾਹੀਦਾ ਮੂੰਹ ਅਤੇ ਨੱਕ ਦੋਨੇ ਕਵਰ ਨੇ ਔਰ ਉਸ ਤੋਂ ਅੱਗੇ ਜਿਹੜਾ ਐਸ ਐਸ ਐਮ ਐਸ ਲਾਸਟ ਐਸ ਯਾਨੀ ਕਿ ਸੋਸ਼ਲ ਡਿਸਟੈਂਸ ਦੇ ਵਿੱਚ ਜੋ ਤੁਹਾਨੂੰ ਸ਼ੋਅ ਹੋ ਰਿਹਾ ਹੈਗਾ ਤਾਂ ਘੱਟੋ ਘੱਟ ਮਾਹਿਰਾਂ ਦੇ ਮੁਤਾਬਕ ਜਿਹੜਾ 6 ਫੁੱਟ ਦਾ ਜਿਹੜਾ ਫਾਸਲਾ ਇੱਕ ਦੂਸਰੇ ਤੋਂ ਹੋਣਾ ਚਾਹੀਦਾ ਹੈਗਾ ਆਪਣੇ ਦੇ ਵਿੱਚ ਸੋਸ਼ਲ ਡਿਸਟੈਂਸ ਫਾਸਲਾ ਇੱਕ ਦੂਸਰੇ ਦੇ ਵਿੱਚ ਨਹੀਂ ਮਤਲਬ ਕਿ ਨਜ਼ਦੀਕ ਨਹੀਂ ਹੋਣਾ ਇੱਕ ਦੂਸਰੇ ਦੇ ਨਾਲ ਨਹੀਂ ਲੱਗਣਾ ਥੋੜ੍ਹਾ ਡਿਸਟੈਂਸ ਰੱਖਣਾ ਹੈਗਾ ਪਬਲਿਕ ਪਲੇਸਿਸ 'ਤੇ ਜਾ ਕੇ ਆਪਾਂ ਇੱਕ ਦੂਸਰੇ ਤੋਂ ਜਿਹੜੀ ਦੂਰੀ ਆ ਉਹ ਬਣਾ ਕੇ ਰੱਖਣੀ ਆ ਫਿਰ ਹੀ ਇਸ ਜਿਹੜੀ ਮਹਾਂਮਾਰੀ ਤੋਂ ਇਸ ਵਾਇਰਸ ਤੋਂ ਆਪਾਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਤਾਂ ਇਹ ਜਿਹੜੀ ਸਾਰਾ ਸੀਗਾ ਮਿਸ਼ਨ ਫਤਿਹ ਦਾ ਜਿਹੜਾ ਆਪਣੀ ਗੱਲਬਾਤ ਸੀ ਮਿਸ਼ਨ ਫਤਿਹ ਦੇ ਤਹਿਤ ਆਪਾਂ ਪੰਜਾਬ ਸਰਕਾਰ ਦੇ ਜਿਹੜੇ ਉਦੇਸ਼ ਹੈ ਉਹਨਾਂ ਦੇ ਮੁਤਾਬਕ ਆਪਾਂ ਕਾਮਯਾਬ ਕਰਨਾ ਹੈਗਾ ਔਰ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਜਿਹੜਾ ਆਪਾਂ ਨੂੰ ਇੱਕ ਆਦੇਸ਼ ਹੋਇਆ ਹੈਗਾ ਜਾਰੀ ਹੋਇਆ ਹੈਗਾ ਆਦੇਸ਼ ਵੀ ਸਾਰੇ ਇੰਪਲਾਈਜ਼ ਨੇ ਔਰ ਸਿਖਿਆਰਥੀਆਂ ਨੇ ਆਪਣੇ ਮੋਬਾਈਲਾਂ ਦੇ ਵਿੱਚ ਕੋਵਾ ਐਪ ਨੂੰ ਜਿਹੜਾ ਡਾਊਨਲੋਡ ਕਰਨਾ ਹੈਗਾ ਕੋਵਾ ਐਪ ਨੂੰ ਤਾਂ ਜੋ ਆਪਣੇ ਆਲੇ ਦੁਆਲੇ ਦੇ ਸਮਾਜ ਦੇ ਵਿੱਚ ਕੋਰੋਨਾ ਵਾਇਰਸ ਜਿਹੜਾ ਆਪਾਂ ਨੂੰ ਅਲਰਟ ਜਿਹੜਾ ਅਲਰਟੇਸ਼ਨ ਮਿਲਦਾ ਰਹੇ ਕਿ ਤੁਹਾਡੇ ਆਲੇ ਦੁਆਲੇ ਕਿੰਨੇ ਮਰੀਜ਼ ਹੈ ਸਮੁੱਚੇ ਪੰਜਾਬ ਦੀ ਕੀ ਸਥਿਤੀ ਹੈ ਸਮੁੱਚੇ ਭਾਰਤ ਦੀ ਕੀ ਸਥਿਤੀ ਹੈ ਠੀਕ ਹੈ ਇਸ ਤਰ੍ਹਾਂ ਮਤਲਬ ਕਿ ਜਿਹੜਾ ਇਸ ਐਪਲੀਕੇਸ਼ਨ ਦਾ ਆਪਾਂ ਨੂੰ ਫਾਇਦਾ ਹੈਗਾ ਕੋਵਾ ਐਪ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਕਰਕੇ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਦੋਸਤੋ ਜੋ ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਹੈਂਡ ਟੂਲਸ ਯੂਜ਼ਡ ਇਨ ਇਲੈਕਟ੍ਰੋਨਿਕ ਲੈਬ ਸੇਫਟੀ ਪ੍ਰੀਕਾਸ਼ਨਸ ਆਪਾਂ ਦੱਸਿਆ ਹੈ ਆਪਣੇ ਜਿਹੜਾ ਅੱਜ ਦਾ ਟੌਪਿਕ ਹੈ ਸਾਥੀਓ
ਸਾਹਿਬਾਨ ਤੇ ਪਿਆਰੇ ਵਿਦਿਆਰਥੀਓ, ਤਾਂ ਸਿਆਣੇ ਦਾ ਕਹਿਣਾ ਗਾ ਵੀ ਇੱਕ ਜਿਹੜਾ ਸਫਲ ਬਿਜ਼ਨਸਮੈਨ ਹੈ, ਪੁਰਾਣੀ ਇੱਕ ਕਹਾਵਤ ਹੈ ਸਾਡੇ ਮਾਲਵੇ ਦੇ ਵਿੱਚ ਕਿ ਜੋ ਦੁਕਾਨਦਾਰ ਹੈ ਉਹ ਆਪਣੇ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ ਕਿ ਆਪਣੇ ਖਾਲੀ ਪੀਪੇ ਉਹ ਕਾਮਯਾਬੀ ਵੱਲ ਲੈ ਜਾਂਦਾ ਹੈ। ਖਾਲੀ ਪੀਪਿਆਂ ਤੋਂ ਸ਼ੁਰੂ ਕਰਕੇ ਬੜੇ ਵੱਡੇ ਪੱਧਰ 'ਤੇ ਜਿਹੜਾ ਦਿਨ ਉੱਤੇ ਲੈ ਜਾਂਦਾ ਹੈ। ਉਸੇ ਤਰ੍ਹਾਂ ਹੀ ਜਿਹੜਾ ਇਲੈਕਟ੍ਰੋਨਿਕਸ ਮਕੈਨਿਕ ਹੈ, ਇੱਕ ਆਪਣੀ ਕਿੱਟ ਦੇ ਵਿੱਚ ਜਿਹੜੇ ਆਪਣੇ ਹੈਂਡ ਟੂਲਸ ਨੇ, ਹੈਂਡ ਟੂਲਸ ਆ ਜਿਹੜੇ ਆ ਉਹਨਾਂ ਦੇ ਨਾਲ ਜਿਹੜਾ ਆਪਣੀ ਕਾਮਯਾਬੀ ਦੀਆਂ ਜਿਹੜੀਆਂ ਬੁਲੰਦੀਆਂ ਨੂੰ ਛੂਹ ਲੈਂਦਾ ਹੈਗਾ, ਔਰ ਇੱਕ ਅੱਛਾ ਟੈਕਨੀਸ਼ੀਅਨ, ਇੱਕ ਅੱਛਾ ਮਕੈਨਿਕ ਦੇ ਰੂਪ, ਅੱਛੇ ਮਕੈਨਿਕ ਦੇ ਰੂਪ ਦੇ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈਗਾ। ਤਾਂ ਮੈਂ ਇੱਥੇ ਜਿਹੜਾ ਅੱਜ ਦਾ ਮੇਰਾ ਟੌਪਿਕ ਹੈ ਹੈਂਡ ਟੂਲ, ਤੇ ਆਸ ਕਰਦਾ ਕਿ ਜਾਣਕਾਰੀ ਭਰਪੂਰ ਹੋਵੇਗਾ। ਸਭ ਤੋਂ ਪਹਿਲਾਂ ਜੋ ਇਲੈਕਟ੍ਰੋਨਿਕਸ ਮਕੈਨਿਕ ਦੀ ਕਿੱਟ ਦੇ ਵਿੱਚ ਜਿਹੜਾ ਪਹਿਲਾ ਟੂਲ ਹੈ ਜਿਹੜਾ ਸ਼ਾਮਿਲ ਹੈ ਉਹ ਹੈ ਪੇਚਕਸ। ਤਾਂ ਸਕਰਿਊ ਡਰਾਈਵਰ ਇੰਗਲਿਸ਼ ਦੇ ਵਿੱਚ ਇਸਨੂੰ ਕਿਹਾ ਜਾਂਦਾ ਹੈ, ਸਕਰਿਊ ਡਰਾਈਵਰ, ਪੇਚਕਸ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈਗਾ। ਤੁਹਾਡੇ ਸਕਰੀਨ ਦੇ ਉੱਪਰ ਜਿਹੜੀ ਸਲਾਈਡ ਸ਼ੋ ਹੋਈ ਹੈ, ਇਹ ਜਿਹੜਾ ਹੈਗਾ ਪੇਚਕਸ ਦੀ ਜਿਹੜੀ ਖਾਸੀਅਤ ਹੈ, ਨੱਟ ਨੂੰ ਖੋਲਣ ਦੇ ਕੰਮ ਆਉਂਦੀ ਹੈ। ਜੋ ਨੱਟ ਆਪਾਂ ਇਸਦੀ ਸਹਾਇਤਾ ਦੇ ਨਾਲ ਆਪਾਂ ਖੋਲਦੇ ਹਾਂ, ਔਰ ਇਹ ਸਟੇਨਲੈਸ ਸਟੀਲ ਦਾ ਬਣਿਆ ਹੁੰਦਾ ਹੈਗਾ। ਪ੍ਰਾਚੀਨ ਸਮੇਂ ਦੇ ਵਿੱਚ ਜਿਹੜੇ ਇਹਦੇ ਜਿਹੜਾ ਇਹਦਾ ਹੈਂਡਲ ਸੀਗਾ ਉਹ ਲੱਕੜੀ ਦਾ ਬਣਿਆ ਹੋਇਆ ਸੀਗਾ। ਜਿਵੇਂ ਜਿਵੇਂ ਟੈਕਨੀਕ ਵਧੀ, ਜਿਸ ਤਰ੍ਹਾਂ ਤਕਨੀਕ ਵਧਦੀ ਗਈ, ਵਰਤਮਾਨ ਸਮੇਂ ਦੇ ਵਿੱਚ ਜਿਹੜਾ ਇਹ ਵਧੀਆ ਇੰਸੂਲੇਸ਼ਨ ਮਟੀਰੀਅਲ ਦਾ ਜਿਹੜਾ ਹੈਂਡਲ ਹੈ ਇਹਦਾ, ਉਸਦੇ ਨਾਲ ਜਿਹੜਾ ਇਹ ਉਪਲਬਧ ਹੁੰਦਾ। ਤਾਂ ਪੇਚਕਸ ਦੀਆਂ ਜਿਹੜੀਆਂ ਮੁੱਖ ਤੌਰ 'ਤੇ ਜਿਹੜੀਆਂ ਕਿਸਮਾਂ ਨੇ ਉਹ ਤੁਹਾਡੀ ਸਕਰੀਨ ਦੇ ਉੱਪਰ ਮੈਂ ਸ਼ੋ ਕਰਨ ਜਾ ਰਿਹਾ ਹਾਂ। ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਰਤਮਾਨ ਸਮੇਂ ਦੇ ਵਿੱਚ ਜੋ ਪੇਚਕਸ ਵਰਤਿਆ ਜਾਂਦਾ ਹੈਗਾ ਉਹ ਤੁਹਾਡੀ ਸਕਰੀਨ ਦੇ ਉੱਪਰ ਮੈਂ ਸ਼ੋ ਕਰ ਰਿਹਾ ਹਾਂ। ਵਰਤਮਾਨ ਸਮੇਂ ਦੇ ਵਿੱਚ ਜਿਹੜਾ ਪੇਚਕਸ ਇਲੈਕਟ੍ਰੋਨਿਕਸ ਮਕੈਨਿਕ ਯੂਜ ਕਰਦਾ ਹੈਗਾ ਉਹ ਤੁਹਾਡੀ ਸਕਰੀਨ ਦੇ ਉੱਪਰ ਜੋ ਸ਼ੋ ਹੋ ਰਿਹਾ ਹੈ ਇਸਨੂੰ ਮੈਗਨੈਟਿਕ ਸਕਰਿਊ ਡਰਾਈਵਰ ਵੀ ਕਹਿੰਦੇ ਆ। ਇਹਦੀਆਂ ਅਲੱਗ ਅਲੱਗ ਬਿਟਸ ਹੁੰਦੀਆਂ ਨੇ ਜੋ ਕਿੱਟ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ, ਜੋ ਦਿਖਾਈ ਦੇ ਰਹੀਆਂ ਨੇ, ਔਰ ਸਟੇਨਲੈਸ ਸਟੀਲ ਹਾਈ ਕਾਰਬਨ ਦੇ ਜਿਹੜਾ ਇਹ ਬਣੀਆਂ ਹੁੰਦੀਆਂ ਨੇ, ਔਰ ਇਹ ਅਲੱਗ ਅਲੱਗ ਨਟਾਂ ਦੇ ਹਿਸਾਬ ਦੇ ਨਾਲ ਆਪਾਂ ਜਿੱਥੇ ਵੀ ਵਰਤਣੀਆਂ ਹੁੰਦੀਆਂ ਨੇ, ਜਿੱਥੇ ਵੀ ਆਪਾਂ ਇਹਨੂੰ ਯੂਜ਼ ਕਰਨਾ ਹੁੰਦਾ ਹੈਗਾ ਉੱਥੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਇਹਦੇ ਹੈਂਡਲ ਦੇ ਵਿੱਚ ਪੂਰਾ ਜਿਹੜਾ ਮੈਗਨੈਟਿਕ ਪੀਸ ਲਗਾਇਆ ਜਾਂਦਾ ਹੈਗਾ ਤਾਂ ਜੋ ਜਿਹੜੀ ਬਿੱਟ ਹੈ ਔਰ ਬਰੀਕ ਨਟ ਹੈ ਉਸਦੇ ਨਾਲ ਚੁੰਬਕੀ ਪਾਵਰ ਦੇ ਨਾਲ ਜਿਹੜਾ ਉਸਨੂੰ ਚੱਕਿਆ ਜਾ ਸਕੇ ਜਾਂ ਹੋਲਡ ਕੀਤਾ ਜਾ ਸਕੇ, ਇਹ ਬਹੁਤ ਹੀ ਕਾਰਗਰ ਸਿੱਧ ਹੋਇਆ ਹੈਗਾ। ਔਰ ਮੈਂ ਇੱਥੇ ਪਿਆਰੇ ਸਿਖਿਆਰਥੀਓ ਤੇ ਮੇਰੇ ਸਟਾਫ ਮੈਂਬਰ ਸਾਹਿਬਾਨ, ਮੈਂ ਤੁਹਾਨੂੰ ਦੱਸ ਦਿਆਂ ਕਿ ਥੋੜ੍ਹਾ ਮੌਸਮ ਦੀ ਖਰਾਬੀ ਕਾਰਨ ਅਤੇ ਨੈੱਟਵਰਕ ਦੀ ਪ੍ਰੋਬਲਮ ਕਾਰਨ ਤੁਹਾਨੂੰ ਜਿਹੜੀ ਆਡੀਓ ਸਿਗਨਲ ਦੇ ਵਿੱਚ ਥੋੜ੍ਹੀ ਪ੍ਰੋਬਲਮ ਆ ਸਕਦੀ ਹੈ, ਤਾਂ ਕਿਰਪਾ ਕਰਕੇ ਉਸ ਲਈ ਮੈਂ ਜਿਹੜੀ ਮਾਫ਼ੀ ਚਾਹੁੰਦਾ ਹੈਗਾ। ਅਤੇ ਕਿਉਂਕਿ ਮੌਸਮ ਦੀ ਕਾਫ਼ੀ ਖਰਾਬੀ ਹੈ ਔਰ ਨੈੱਟਵਰਕ ਦੀ ਵੀ ਕਾਫ਼ੀ ਜਿਹੜੀ ਪ੍ਰੋਬਲਮ ਹੈ ਇਹਦੇ ਵਿੱਚ, ਅਤੇ ਪਲੀਜ਼ ਕੋਪਰੇਟ ਕਰਨ ਦੀ ਕਿਰਪਾ ਕਰਿਓ। ਤਾਂ ਆਪਾਂ ਅਗਲੀ ਗੱਲ ਕਰਦੇ ਹਾਂ ਜੋ ਆਪਣਾ ਚੱਲ ਰਿਹਾ ਸਕਰਿਊ ਡਰਾਈਵਰ ਦਾ। ਤੁਸੀਂ ਆਪਣੀ ਸਕਰੀਨ ਦੇ ਉੱਪਰ ਜਿਹੜਾ ਵਰਤਮਾਨ ਸਮੇਂ ਦੇ ਵਿੱਚ ਪ੍ਰੈਜੈਂਟਲੀ ਜੋ ਇੱਕ ਟੈਕਨੀਸ਼ੀਅਨ ਜਾਂ ਇਲੈਕਟ੍ਰੋਨਿਕਸ ਮਕੈਨਿਕ ਪੇਚਕਸ ਦੇ ਰੂਪ ਦੇ ਵਿੱਚ ਨਿਊਨ ਟੈਸਟਰ ਯੂਜ਼ ਕਰਦਾ ਹੈ,
ਜਿਸਨੂੰ ਆਪਾਂ ਟੈਸਟ ਪੈਨ ਵੀ ਕਹਿੰਦੇ ਹਾਂ, ਅਲੱਗ ਅਲੱਗ ਬਿਟਸ ਦੇ ਨਾਲ ਇਹ ਉਪਲਬਧ ਹੈ। ਔਰ ਇਸ ਦੇ ਵਿੱਚ ਜਿਹੜਾ ਹੈਗਾ ਗਾ ਨਿਊ ਟੈਸਟਰ ਵਗੈਰਾ ਦਾ ਸਿਸਟਮ ਸਾਰਾ ਹੁੰਦਾ ਹੈਗਾ। ਇਸ ਦੇ ਨਾਲ ਆਪਾਂ ਲਾਈਵ ਵਾਇਰਸ ਦੀਆਂ ਲਾਈਵ ਤਾਰਾਂ ਦੀਆਂ ਜਿਹੜੀਆਂ ਜਿਹਦੇ ਵਿੱਚੋਂ ਦੀ ਕਰੰਟ ਪਾਸ ਹੋ ਰਿਹਾ ਹੁੰਦਾ ਹੈਗਾ, ਉਹਨੂੰ ਵੀ ਆਪਾਂ ਬੜੇ ਅੱਛੇ ਢੰਗ ਨਾਲ ਚੈੱਕ ਕਰ ਸਕਦੇ ਹਾਂ। ਇਲੈਕਟ੍ਰੋਨਿਕਸ ਮਕੈਨਿਕ ਜਾਂ ਟੈਕਨੀਸ਼ੀਅਨ ਦੁਆਰਾ ਜੋ ਆਪਣਾ ਟੈਸਟ ਪੈਨ ਵਰਤਿਆ ਜਾਂਦਾ ਹੈਗਾ ਟੈਸਟਿੰਗ ਕਰਨ ਲਈ, ਟੈਸਟ ਪੈਨ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਬਹੁਤ ਹੀ ਮਹੱਤਵਪੂਰਨ ਜਿਹੜਾ ਇੱਕ ਆਪਣਾ ਟੂਲ ਹੈ। ਇਸ ਦੀ ਮਦਦ ਦੇ ਨਾਲ ਸਰਕਟ ਦੇ ਵਿੱਚ ਜਾਂ ਤਾਰ ਦੇ ਵਿੱਚ ਜਿਹੜਾ ਕਰੰਟ ਦਾ ਵਹਾਅ ਦਾ ਪਤਾ ਲੱਗਦਾ ਹੈਗਾ ਆਪਾਂ ਨੂੰ। ਨਿਊ ਟੈਸਟਰ ਦੇ ਵਿੱਚ ਇੱਕ ਛੋਟਾ ਜਿਹਾ ਬਲਬ ਹੁੰਦਾ ਹੈਗਾ ਜੋ ਕਿ ਇੱਕ ਇੰਡਕਟੈਂਸ ਕੋਇਲ ਦੇ ਜ਼ਰੀਏ, ਇੱਕ ਰਜਿਸਟੈਂਸ ਦੇ ਜ਼ਰੀਏ, ਇੰਡਕਟੈਂਸ ਕੋਇਲ ਦੇ ਜ਼ਰੀਏ ਉੱਪਰਲੇ ਜਿਹੜਾ ਕੰਡਕਟਰ ਪਾਰਟ ਹੁੰਦਾ ਹੈ ਜੋ ਜਿਸਨੂੰ ਆਪਾਂ ਮੇਨ ਪੇਜ ਕਹਿ ਦਿੰਦੇ ਹਾਂ, ਜਦੋਂ ਆਪਾਂ ਉਸ 'ਤੇ ਟੱਚ ਕਰਦੇ ਹਾਂ ਤਾਂ ਜਿਹੜਾ ਇੰਡਕਟਰ ਲੱਗਿਆ ਹੈ ਉਹਦੇ ਵਿੱਚ ਇੰਡੀਕੇਸ਼ਨ ਕਰਦਾ ਹੈਗਾ। ਇੰਡਕਟਰ ਦੇ ਜ਼ਰੀਏ ਆਪਣਾ ਜਿਹੜਾ ਕਰੰਟ ਹੈ ਆਪਣੀ ਬੋਡੀ ਨੂੰ ਜਿਹੜਾ ਪਾਸ ਹੁੰਦਾ ਹੈਗਾ, ਤਾਂ ਉਹ ਜਿਹੜਾ ਨਿਊ ਟੈਸਟਰ ਜਿਹੜਾ ਨਿਊ ਬਲਬ ਲੱਗਿਆ ਹੋਇਆ ਉਹ ਬਲਿੰਕਿੰਗ ਕਰਦਾ, ਜਿਸ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਸਦੇ ਵਿੱਚ ਜਿਹੜਾ ਸਰਕਟ ਦੇ ਵਿੱਚ ਹੈ ਜਾਂ ਇਸ ਸਵਿੱਚ ਦੇ ਵਿੱਚ ਜਾਂ ਇਸ ਪਲੱਗ ਦੇ ਵਿੱਚ ਜਿਹੜਾ ਹੈਗਾ ਕਰੰਟ ਫਲੋ ਕਰ ਰਿਹਾ ਹੈਗਾ। ਤਾਂ ਇਹ ਸੀ ਗੱਲ ਟੈਸਟ ਪੈਨ ਦੀ। ਮੈਂ ਪੂਰੇ ਦਾ ਪੂਰਾ ਜਿਹੜਾ ਕੋਸ਼ਿਸ਼ ਕਰੂੰਗਾ ਵੀ ਪਿਓਰ ਪੰਜਾਬੀ ਦੇ ਵਿੱਚ ਜਿਹੜਾ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਤਾਂ ਇਸਨੂੰ ਨਿਊ ਟੈਸਟਰ ਵੀ ਕਹਿ ਦਿੰਦੇ ਹੈਗੇ ਔਰ ਸਾਡੀ ਪੰਜਾਬੀ ਦੇ ਵਿੱਚ ਟੈਸਟ ਪੈਨ ਕਿਹਾ ਜਾਂਦਾ ਹੈਗਾ। ਇਸਦੇ ਅੰਦਰੂਨੀ ਜਿਹੜੇ ਪਾਰਟਸ ਹੈ ਉਹ ਤੁਹਾਡੀ ਸਕਰੀਨ ਦੇ ਉੱਪਰ ਮੈਂ ਸ਼ੋਅ ਕਰ ਰਿਹਾ। ਸਭ ਤੋਂ ਪਹਿਲਾਂ ਜਿਹੜਾ ਉੱਪਰਲਾ ਜਿਹੜਾ ਬੋਡੀ ਪਾਰਟ ਹੈ ਇਹਦਾ ਇੰਸੂਲੇਟਡ ਟ੍ਰਾਂਸਪੇਰੈਂਟ ਬੋਡੀ ਪਾਰਟ ਹੁੰਦਾ ਹੈਗਾ ਜੋ ਕਿ ਇੰਸੂਲੇਟਡ ਟ੍ਰਾਂਸਪੇਰੈਂਟ ਬੋਡੀ ਜਿਹੜਾ ਪਲਾਸਟਿਕ ਦਾ ਬਣਿਆ ਹੁੰਦਾ ਹੈਗਾ, ਟ੍ਰਾਂਸਪੇਰੈਂਟ ਹੁੰਦਾ ਹੈਗਾ। ਔਰ ਉਹਦੇ ਅੰਦਰ ਜੋ ਨਿਊਨ ਲੈਂਪ ਹੈ ਠੀਕ ਹੈ, ਉਹਦੇ ਨਾਲ ਇੱਕ ਰਜਿਸਟਰ ਲਗਾਇਆ ਜਾਂਦਾ ਹੈਗਾ ਔਰ ਸਪ੍ਰਿੰਗ ਜਿਹੜਾ ਇੰਡਕਟਰ ਕੋਇਲ ਹੈ, ਮੈਟੈਲਿਕ ਟੱਚ ਸਕਿਊ ਹੈ ਉੱਪਰ, ਜਦੋਂ ਆਪਾਂ ਉਹਦੇ ਉੱਪਰ ਉਂਗਲ ਨਾਲ ਟੱਚ ਕਰਦੇ ਹਾਂ ਤਾਂ ਇਸ ਜਿਹੜਾ ਇੰਡਕਟਰ ਜਿਹੜੀ ਕੋਇਲ ਹੈ ਜਾਂ ਸਪ੍ਰਿੰਗ ਹੈ ਇਹਦੇ ਜ਼ਰੀਏ ਜਿਹੜਾ ਕਰੰਟ ਪਾਸ ਹੁੰਦਾ ਹੈਗਾ ਤਾਂ ਉਹ ਜਿਹੜਾ ਨਿਊ ਲੈਂਪ ਹੈ ਉਹ ਬਲਿੰਕ ਕਰਦਾ ਹੈਗਾ। ਔਰ ਰਜਿਸਟੈਂਸ ਦਾ ਜਿਹੜਾ ਰੋਲ ਹੈ ਉਹ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਕਰੰਟ ਦੇ ਰਸਤੇ ਦੇ ਵਿੱਚ ਪ੍ਰਤੀਰੋਧਕ ਦੇ ਰੂਪ ਦੇ ਵਿੱਚ, ਇੱਕ ਬੈਰੀਅਰ ਦੇ ਰੂਪ ਦੇ ਵਿੱਚ ਕੰਮ ਕਰਦਾ ਹੈਗਾ, ਜਿਤਨਾ ਕਰੰਟ ਨਿਊ ਲੈਂਪ ਨੂੰ ਚਾਹੀਦਾ ਹੁੰਦਾ ਹੈਗਾ ਬਲਿੰਕਿੰਗ ਕਰਨ ਵਾਸਤੇ ਉਤਨੇ ਕਰੰਟ ਉਹ ਪਾਸ ਕਰਦਾ ਹੈਗਾ। ਤਾਂ ਮਟੈਲਿਕ ਰੋਡ ਜਿਹੜੀ ਹੈਗੀ ਹੈ ਉਹਨੂੰ ਆਪਾਂ ਲਾਈਵ ਤਾਰ ਦੇ ਨਾਲ ਟੱਚ ਕਰਕੇ ਆਪਾਂ ਜਿਹੜਾ ਇਹ ਕਰੰਟ ਹੈ ਇਹਦੀ ਸਹਾਇਤਾ ਦੇ ਨਾਲ ਆਪਾਂ ਚੈੱਕ ਕਰ ਸਕਦੇ ਹਾਂ ਵੀ ਇਸ ਤਾਰ ਦੇ ਵਿੱਚ ਜਾਂ ਇਸ ਸਰਕਟ ਦੇ ਵਿੱਚ ਜਿਹੜਾ ਕਰੰਟ ਹੈ ਉਹ ਫਲੋ ਕਰ ਰਿਹਾ ਹੈ। ਤਾਂ ਇਲੈਕਟ੍ਰੋਨਿਕਸ ਟੈਕਨੀਸ਼ੀਅਨ ਜਿਹੜਾ ਆਪਣੀ ਕਿੱਟ ਦੇ ਵਿੱਚ ਜਿਹੜੇ ਮੇਨ ਜਿਹੜੇ ਟੂਲਸ ਰੱਖਦਾ ਹੈਗਾ ਉਹਨਾਂ ਦੇ ਵਿੱਚ ਜਿਹੜਾ ਅਹਿਮ ਜਿਹੜਾ ਰੋਲ ਅਦਾ ਕਰਦਾ ਹੈ ਟੈਸਟ। ਔਰ ਉਸ ਦੇ ਨਾਲ ਹੀ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਮੈਂ ਸ਼ੋਅ ਕਰ ਰਿਹਾ ਹੈਗਾ ਇਸਨੂੰ ਸਰਕਟ ਟੈਸਟਰ ਵੀ ਕਿਹਾ ਜਾਂਦਾ ਹੈਗਾ। ਇਸ ਦੀ ਸਹਾਇਤਾ ਦੇ ਨਾਲ ਪੀਸੀਬੀ ਜੋ ਇਲੈਕਟ੍ਰੋਨਿਕਸ ਡਿਵਾਈਸਿਸ ਦੇ ਵਿੱਚ ਜਾਂ ਇੰਸਟਰੂਮੈਂਟ ਦੇ ਵਿੱਚ ਕਿਸੇ ਵੀ ਪਾਰਟ ਦੇ ਵਿੱਚ ਜਾਂ ਪੀਸੀਬੀ ਦੇ ਵਿੱਚ ਕੋਈ ਫਾਲਟ ਪੈਂਦਾ ਹੈਗਾ ਜਾਂ ਕੋਈ ਸਰਕਟ ਦੇ ਵਿੱਚੋਂ ਕਰੰਟ ਜਾਂ ਵੋਲਟੇਜ ਫਲੋ ਨਹੀਂ ਕਰਦਾ ਤਾਂ ਉਸ ਸਥਿਤੀ ਦੇ ਵਿੱਚ ਇਸ ਦੀ ਸਹਾਇਤਾ ਦੇ ਨਾਲ ਆਪਾਂ ਜਿਹੜਾ ਸਰਕਟ ਦਾ ਜਿਹੜਾ ਪਾਸ ਹੈ ਜਾਂ ਪੀਸੀਬੀ ਜਿਹੜਾ ਪਾਸ ਹੈ ਉਹਨੂੰ ਆਪਾਂ ਚੈੱਕ ਕਰ ਸਕਦੇ ਹਾਂ। ਔਰ ਜਿੱਥੋਂ ਵੀ ਉਹ ਪਾਸ ਦਾ ਜਿਹੜਾ ਟੁੱਟਿਆ ਹੁੰਦਾ ਹੈ ਜਾਂ ਉਹਦੇ ਵਿੱਚ ਬ੍ਰੇਕੇਜ ਆਈ ਹੁੰਦੀ ਹੈ ਉਸਨੂੰ ਇਹ ਡਿਟੈਕਟ ਕਰ ਲੈਂਦਾ ਹੈਗਾ, ਆਪਾਂ ਨੂੰ ਪਤਾ ਚੱਲ ਜਾਂਦਾ ਕਿ ਇੱਥੇ ਆਪਾਂ ਨੂੰ ਜੰਪਰ ਲਾਉਣ ਦੀ ਲੋੜ ਹੈ ਜਾਂ ਜੰਪ ਦੇ ਕੇ ਇਸ ਪਾਸ ਨੂੰ ਕਨੈਕਟ ਕਰਨ ਦੀ ਲੋੜ ਹੈ, ਜ਼ਰੂਰਤ ਹੈ। ਇਹ ਪੂਰੇ ਦਾ ਪੂਰਾ ਇਸ ਦੇ ਨਾਲ ਜਿਹੜਾ ਸਰਕਟ ਹੈ ਉਸਦੀ ਜਿਹੜੀ ਕੰਡਕਟੀਵਿਟੀ ਹੈ ਔਰ ਫਲੋ ਕਰੰਟ ਦਾ ਫਲੋ ਹੈ ਉਹਨੂੰ ਆਪਾਂ ਬਾਖੂਬੀਅਤ ਢੰਗ ਦੇ ਨਾਲ ਆਪਾਂ ਟੈਸਟ ਕਰ ਸਕਦੇ ਹਾਂ, ਚੈੱਕ।
ਤਾਂ ਨੈਕਸਟ ਜਿਹੜੀ ਗੱਲ ਹੈਗੀ ਆ ਤੁਹਾਡੀ ਸਕਰੀਨ ਦੇ ਉੱਪਰ ਮੈਂ ਇੱਕ ਹੋਰ ਡਿਜੀਟਲ ਜਿਹੜਾ ਡਿਜੀਟਲ ਟੈਸਟ ਜਿਹੜਾ ਮੈਂ ਸ਼ੋ ਕਰ ਰਿਹਾ ਹੈਗਾ। ਅਜੋਕੇ ਸਮੇਂ ਦੇ ਵਿੱਚ ਵਰਤਮਾਨ ਸਮੇਂ ਦੇ ਵਿੱਚ ਜਿਵੇਂ ਜਿਵੇਂ ਆਪਣੀ ਤਕਨੀਕ ਜਿਹੜੀ ਟੈਕਨੋਲੋਜੀ ਜਿਹੜੀ ਇਲੈਕਟ੍ਰੋਨਿਕ ਟੈਕਨੋਲੋਜੀ ਵਧਦੀ ਜਾਂਦੀ ਹੈ ਉਸੇ ਹਿਸਾਬ ਦੇ ਨਾਲ ਜਿਹੜਾ ਟੈਸਟ ਪੈਨ ਹੈ ਉਹਨੇ ਵੀ ਆਪਣਾ ਜਿਹੜਾ ਰੂਪ ਬਦਲਿਆ। ਜੋ ਪ੍ਰੈਜੈਂਟ ਜਿਹੜਾ ਹੈਗਾ ਟੈਕਨੀਕ ਦੇ ਨਾਲ ਜਿਹੜਾ ਟੈਸਟ ਪੈਨ ਬਣਾਇਆ ਗਿਆ ਹੈਗਾ ਇਲੈਕਟ੍ਰੋਨਿਕਸ ਇੰਜੀਨੀਅਰਸ ਦੁਆਰਾ ਉਹ ਐਲ ਸੀ ਡੀ ਸਕਰੀਨ ਲੱਗੀ ਹੋਈ ਹੈ, ਦੇਖੋ ਤੁਸੀਂ ਦੇਖ ਸਕਦੇ ਹੋ। ਔਰ ਇਸਦੇ ਅੱਗੇ ਜਿਹੜਾ ਮਟੈਲਿਕ ਰੋਡ ਹੈ ਜਦੋਂ ਆਪਾਂ ਲਾਈਵ ਵਾਇਰ ਦੇ ਨਾਲ ਆਪਾਂ ਇਹਨੂੰ ਟੱਚ ਕਰਾਂਗੇ ਤਾਂ ਐਲ ਸੀ ਡੀ ਦੇ ਉੱਪਰ ਬਕਾਇਦਾ ਉਸਦੇ ਵਿੱਚੋਂ ਦੀ ਜਿਹੜਾ ਕਰੰਟ ਜਾਂ ਵੋਲਟੇਜ ਜਿਹੜਾ ਫਲੋ ਕਰਦਾ ਹੈਗਾ ਉਹ ਐਲ ਸੀ ਡੀ ਦੇ ਉੱਪਰ ਪੂਰੇ ਦਾ ਪੂਰਾ ਜਿਹੜਾ ਫਲੋ ਕਰ ਜਾਂਦਾ ਹੈਗਾ। ਕਿੰਨੇ ਵੋਲਟ ਦੀ ਕਰੰਟ ਹੈ ਜਾਂ ਕਿੰਨੇ ਵਾਟ ਦਾ ਕਰੰਟ ਹੈ ਫਲੋ ਕਰ ਰਿਹਾ ਹੈਗਾ ਇਹ ਸਾਰਾ ਕੁਝ ਐਲ ਸੀ ਡੀ ਸਕਰੀਨ ਦੇ ਉੱਪਰ ਜਿਹੜਾ ਸ਼ੋ ਕਰਦਾ। ਉਸ ਤੋਂ ਅੱਗੇ ਜਿਹੜੀ ਆਪਾਂ ਗੱਲ ਕਰਨੀ ਹੈ ਜਿਹੜਾ ਮੇਨ ਜਿਹੜਾ ਇਲੈਕਟ੍ਰੋਨਿਕਸ ਮਕੈਨਿਕ ਦਾ ਜਿਹੜਾ ਹਥਿਆਰ ਹੈ ਪਲਾਇਰ, ਪੰਜਾਬੀ ਦੇ ਵਿੱਚ ਇਹਨੂੰ ਪਲਾਸ ਕਹਿ ਦਿੰਦੇ ਪਲਾਸ, ਕੋਂਬੀਨੇਸ਼ਨ ਪਲਾਇਰ ਦਾ ਨਾਂ ਵੀ ਦਿੱਤਾ ਜਾਂਦਾ ਹੈ। ਹਾਈ ਕਾਰਬਨ ਸਟੀਲ ਦਾ ਬਣਿਆ ਹੁੰਦਾ ਹੈ ਔਰ ਕੋਂਬੀਨੇਸ਼ਨ ਪਲਾਇਰ ਇੰਗਲਿਸ਼ ਦੇ ਵਿੱਚ ਇਹਨੂੰ ਕਿਉਂ ਕਿਹਾ ਜਾਂਦਾ ਹੈ ਯਾਨੀ ਕਿ ਇੱਕ ਤੋਂ ਵੱਧ ਜਿਹੜੇ ਕੰਮ ਦੇ ਵਿੱਚ ਜਿਹੜਾ ਇਹ ਉਪਯੋਗ ਕੀਤਾ ਜਾਂਦਾ ਵਰਤਿਆ ਜਾਂਦਾ। ਇਹਦੇ ਵਿੱਚ ਜਿਹੜਾ ਅੱਗੇ ਬਲੇਡ ਵੀ ਹੁੰਦਾ ਹੈਗਾ ਜਿਹੜਾ ਕਿ ਤਾਰ ਨੂੰ ਕੱਟ ਸਕਦਾ ਹੈਗਾ, ਜਿਹਦੀ ਸਹਾਇਤਾ ਦੇ ਨਾਲ ਆਪਾਂ ਤਾਰਾਂ ਨੂੰ ਕੱਟ ਸਕਦੇ ਹਾਂਗੇ, ਤਾਰਾਂ ਨੂੰ ਛਿੱਲ ਸਕਦੇ ਹਾਂਗੇ ਆਪਾਂ ਔਰ ਤਾਰਾਂ ਨੂੰ ਮਰੋੜ ਸਕਦੇ ਹਾਂ। ਔਰ ਇਸ ਤੋਂ ਅੱਗੇ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਮੈਂ ਸ਼ੋਅ ਕਰ ਰਿਹਾ ਲੌਂਗ ਨੋਜ਼ ਪਲਾਇਰ ਔਰ ਡਾਇਗਨਲ ਕਟ, ਲੌਂਗ ਨੋਜ਼ ਪਲਾਇਰ ਦੀ ਮਦਦ ਨਾਲ ਆਪਾਂ ਇਲੈਕਟ੍ਰੋਨਿਕਸ ਡਿਵਾਈਸਿਸ ਦੇ ਵਿੱਚ ਜਿਹੜੇ ਆਪਾਂ ਸਰਕਟ ਯੂਜ਼ ਕਰਦੇ ਹਾਂ ਅਗਰ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਿਸੇ ਮੌਕੇ ਕੋਈ ਫਾਲਟ ਪੈਂਦਾ ਹੈ ਜਾਂ ਖਰਾਬੀ ਆਉਂਦੀ ਹੈ ਜਿੱਥੋਂ ਤੱਕ ਆਪਣਾ ਜਿਹੜਾ ਹੱਥ ਹੈ ਜਾਂ ਪਲਾਸ ਹੈ ਉਹ ਅੱਛੀ ਤਰ੍ਹਾਂ ਪਹੁੰਚ ਦੇ ਵਿੱਚ ਨਹੀਂ ਆਉਂਦਾ ਜਾਂ ਪਹੁੰਚ ਨਹੀਂ ਕਰਦਾ ਕਿਸੇ ਸਕਰੀਊ ਨੂੰ ਫੜਨ ਵਾਸਤੇ ਜਾਂ ਕਿਸੇ ਸਰਕਟ ਨੂੰ ਫੜਨ ਵਾਸਤੇ ਤਾਂ ਉੱਥੇ ਲੌਂਗ ਨੋਜ਼ ਪਲਾਇਰ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਹੋਲਡ ਕਰਨ ਵਾਸਤੇ। ਲੌਂਗ ਨੋਜ਼ ਪਲਾਇਰ ਜੋ ਕਿ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਸ਼ੋਅ ਹੋ ਰਿਹਾ ਹੈਗਾ ਲੌਂਗ ਨੋਜ਼ ਪਲਾਇਰ, ਇਸ ਦੀ ਮਦਦ ਦੇ ਨਾਲ ਆਪਾਂ ਕਿਸੇ ਵੀ ਪੀ ਸੀ ਬੀ ਨੂੰ ਜਾਂ ਕਿਸੇ ਬਰੀਕ ਤੋਂ ਬਰੀਕ ਕੰਪੋਨੈਂਟਸ ਨੂੰ ਜਾਂ ਬਰੀਕ ਤੋਂ ਬਰੀਕ ਸਕਰੀਊ ਨੂੰ ਆਪਾਂ ਹੋਲਡ ਕਰਕੇ ਖੋਲ੍ਹ ਸਕਦੇ ਹਾਂ ਜਾਂ ਉਸਨੂੰ ਪਕੜ ਦੇ ਵਿੱਚ ਆਪਾਂ ਕਰ ਸਕਦੇ ਹਾਂ ਔਰ ਡਾਇਗਨਲ ਕਟਰ ਦੀ ਸਹਾਇਤਾ ਦੇ ਨਾਲ ਆਪਾਂ ਜਿਹੜਾ ਹੈਗਾ ਗਾ ਵਾਇਰ ਨੂੰ ਵਾਇਰ ਦੀ ਇੰਸੂਲੇਸ਼ਨ ਨੂੰ ਆਪਾਂ ਕੱਟ ਸਕਦੇ ਹਾਂ ਔਰ ਤਾਰਾਂ ਦੇ ਜਿਹੜੇ ਕੰਡਕਟਰ ਨੂੰ ਆਪਾਂ ਕੱਟ ਕੇ ਬਾਹਰ ਲਿਆ ਕੇ ਉਹਨੂੰ ਆਪਾਂ ਉਪਯੋਗ ਦੇ ਵਿੱਚ ਲਿਆ ਸਕਦੇ ਹਾਂ ਗਲਾਸ ਦੀ ਮਦਦ ਨਾਲ ਆਪਾਂ ਉਹ ਜੋੜ ਲਾ ਸਕਦੇ ਹਾਂ। ਇਹ ਸੀ ਗੱਲ ਕੋਂਬੀਨੇਸ਼ਨ ਪਲਾਇਰ ਜਿਹੜਾ ਇਲੈਕਟ੍ਰੋਨਿਕਸ ਮਕੈਨਿਕ ਜਾਂ ਇਲੈਕਟ੍ਰੋਨਿਕਸ ਟੈਕਨੀਸ਼ੀਅਨ ਦੇ ਕਿੱਟ ਦੇ ਵਿੱਚ ਨੈਕਸਟ ਜਿਹੜਾ ਹਥਿਆਰ ਹੈ ਉਹ ਮੈਂ ਤੁਹਾਡੀ Nowadays, ਆਪਾਂ ਜੇ ਗੱਲ ਕਰੀਏ ਆਪਾਂ ਸਕਰੀਊ ਡਰਾਈਵਰ ਦੀ ਤਾਂ ਨਵੇਂ ਜਿਹੜਾ ਜ਼ਮਾਨੇ ਦਾ ਲਾ ਲਓ ਜਾਂ ਨਵੀਂ ਤਕਨੀਕ ਦਾ ਲਾ ਲਓ ਇੱਕ ਰਿਵਰਸੀਬਲ ਸਕਰੀਊ ਡਰਾਈਵਰ ਆਉਂਦਾ ਹੈਗਾ ਔਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਦਿਆਂ ਵੀ ਜੋ ਇਸਦੀ ਜਿਹੜੀ ਹੈ ਆਪਣਾ ਰੋਡ ਦਿਖਾਈ ਗਈ ਹੈ ਇਹ ਅਲੱਗ ਤੋਂ ਅਲੱਗ ਹੁੰਦੀਆਂ ਨੇ, ਅਲੱਗ ਅਲੱਗ ਬਿਟਸ ਹੁੰਦੀਆਂ ਨੇ ਨਟਾਂ ਦੇ ਸਾਈਜ਼ ਦੇ ਮੁਤਾਬਕ ਜਿਹੜੀਆਂ ਅਲੱਗ ਅਲੱਗ ਬਿਟਸ ਹੈ ਇਹਨਾਂ ਦੀਆਂ ਇਹ ਅਲੱਗ ਪੈਕਿੰਗ ਦੇ ਵਿੱਚ ਹੁੰਦੀਆਂ ਨੇ ਔਰ ਹੈਂਡਲ ਜਿਹੜਾ ਅਲੱਗ ਹੁੰਦਾ ਹੈਗਾ ਤਾਂ ਇਹਦੇ ਵਿੱਚ ਕੀ ਆ ਆਪਾਂ ਸਕਰੀਊ ਡਰਾਈਵਰ ਨੂੰ ਆਪਾਂ ਮਲਟੀਪਲ ਮਤਲਬ ਕਿ ਬਹੁ ਉਪਯੋਗੀ ਦੇ ਤੌਰ 'ਤੇ ਆਪਾਂ ਯੂਜ ਕਰ ਸਕਦੇ।
ਸਕਦੇ ਹੋ ਕਿਸ ਤਰ੍ਹਾਂ ਜਿਸ ਤਰ੍ਹਾਂ ਜਿਹੜਾ ਇਹਦਾ ਇੱਕ ਪਾਸਾ ਤੁਹਾਨੂੰ ਦਿਖਾਈ ਦੇ ਰਿਹਾ ਸਟਾਰ ਟਾਈਪ ਦਾ ਹੈਗਾ ਗਾ ਔਰ ਦੂਸਰਾ ਜਿਹੜਾ ਪਾਸਾ ਹੈਗਾ ਉਹ ਪਲੇਨ ਟਾਈਪ ਹੈ ਯਾਨੀ ਕਿ ਆਪਾਂ ਪਲੇਨ ਨਟ ਵੀ ਖੋਲ ਸਕਦੇ ਹਾਂ ਔਰ ਜਿਹੜਾ ਸਟਾਰ ਟਾਈਪ ਨਟ ਹੈ ਉਹਨੂੰ ਵੀ ਆਪਾਂ ਇਸਦੀ ਮਦਦ ਦੇ ਨਾਲ ਆਪਾਂ ਖੋਲ ਸਕਦੇ ਹਾਂ ਔਰ ਬੜਾ ਹੀ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਜਿਹੜਾ ਟੈਕਨੀਸ਼ੀਅਨ ਹੈ ਆਪਣਾ ਜਿਹੜਾ ਕੰਮ ਆ ਉਹ ਇਸ ਤੇ ਚੜ ਸਕਦਾ ਹੈ ਜਿਹੜੀ ਇਹ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈਗਾ ਮੈਗਨੈਟਿਕ ਸਕਰੂ ਡਰਾਈਵਰ ਔਰ ਉਹਦੀਆਂ ਵੱਖ ਵੱਖ ਜਿਹੜੀਆਂ ਪਲੇਟਸ ਨੇ ਉਹ ਸ਼ੋ ਹੋ ਰਹੀਆਂ ਨੇ ਔਰ ਬਰੀਕ ਤੋਂ ਬਰੀਕ ਕੰਮ ਕਰਨ ਵਾਸਤੇ ਇਲੈਕਟ੍ਰੋਨਿਕਸ ਪੀਸੀਬੀਜ਼ ਨੂੰ ਦੇ ਵਿੱਚੋਂ ਕਿਸੇ ਕੰਪੋਨੈਂਟ ਨੂੰ ਖੋਲ੍ਹਣ ਵਾਸਤੇ ਜਾਂ ਉਸਨੂੰ ਕੱਸਣ ਵਾਸਤੇ ਜਿਹੜਾ ਇਹ ਸਕਰੂ ਡਰਾਈਵਰ ਹੈ ਕੰਮ ਆਉਂਦਾ ਹੈਗਾ ਇਸ ਤਰ੍ਹਾਂ ਉਹ ਪਲੇਟਸ ਸ਼ੋ ਹੋ ਰਹੀਆਂ ਨੇ ਹਰ ਇੱਕ ਸਾਈਜ਼ ਦੇ ਵਿੱਚੋਂ ਜਿਹੜੀਆਂ ਪਲੇਟਸ ਹੈ ਉਹ ਅਵੇਲੇਬਲ ਔਰ ਇਸ ਤੋਂ ਇਲਾਵਾ ਜਿਵੇਂ ਜਿਵੇਂ ਇਲੈਕਟ੍ਰੋਨਿਕਸ ਦੇ ਖੇਤਰ ਦੇ ਵਿੱਚ ਜਿਹੜੀ ਹੈ ਤਕਨੀਕ ਨੇ ਜਿਹੜਾ ਪਵਾਲਾ ਮਾਰਿਆ ਔਰ ਬੜੇ ਹੀ ਚੰਗੀ ਪੱਧਰ 'ਤੇ ਜਿਹੜੇ ਇਲੈਕਟ੍ਰੋਨਿਕਸ ਮਾਹਿਰ ਨੇ ਉਹਨਾਂ ਨੇ ਆਪਣੇ ਯੋਗਦਾਨ ਦੇ ਨਾਲ ਆਪਾਂ ਨੂੰ ਨਵੇਂ ਤੋਂ ਨਵੇਂ ਜਿਹੜੇ ਟੂਲਸ ਹੈ ਉਹ ਆਪਣੀ ਝੋਲੀ ਪਾਏ ਹੈ ਔਰ ਇਲੈਕਟ੍ਰੋਨਿਕਸ ਮਕੈਨਿਕ ਨੂੰ ਹੋਰ ਵੀ ਜਿਹੜੀ ਆਪਣੀ ਤਾਕਤ ਦਿੱਤੀ ਹੈ ਕੰਮ ਕਰਨ ਦੀ ਸਮਰੱਥਾ ਦਿੱਤੀ ਹੈ ਤਾਂ ਜੋ ਆਪਣਾ ਜਿਹੜਾ ਕੰਮ ਹੈ ਉਹ ਵਧੀਆ ਢੰਗ ਨਾਲ ਜਿਹੜਾ ਕਰ ਸਕੇ ਉਸ ਤੋਂ ਬਾਅਦ ਮੈਂ ਗੱਲ ਕਰੂੰਗਾ ਵਿਜ਼ਰ ਦੀ ਵਿਜ਼ਰ ਦਾ ਬੜਾ ਅਹਿਮ ਰੋਲ ਹੈ ਜਿਹਨੂੰ ਪੰਜਾਬੀ ਦੇ ਵਿੱਚ ਚਿਮਟੀ ਦਾ ਆਪਾਂ ਨਾਮ ਦੇ ਦਿੰਦੇ ਹਾਂ ਚਿਮਟੀ ਕਹਿੰਦੇ ਹਾਂ ਆਪਾਂ ਵੱਖ ਵੱਖ ਪ੍ਰਕਾਰ ਦੀਆਂ ਜਿਹੜੀਆਂ ਟਵੀਜ਼ਰਸ ਹੈ ਉਹ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਹੀਆਂ ਨੇ ਔਰ ਇਹ ਸਟੇਨਲੈਸ ਸਟੀਲ ਦੀ ਜਿਹੜੀ ਮੈਟਲ ਦੀ ਬਣੀਆਂ ਹੁੰਦੀਆਂ ਨੇ ਔਰ ਇਹਨਾਂ ਦੇ ਵਿੱਚ ਬੜੀ ਇਲਾਸਟਿਸਿਟੀ ਹੁੰਦੀ ਹੈ ਲਚਕੀਲਾਪਣ ਹੁੰਦਾ ਹੈਗਾ ਇਸ ਦੀ ਮਦਦ ਦੇ ਨਾਲ ਆਪਾਂ ਬਰੀਕ ਤੋਂ ਬਰੀਕ ਜਿਹੜਾ ਕੰਪੋਨੈਂਟ ਹੈ ਜਿਹੜਾ ਪੀਸੀਬੀ ਦੇ ਵਿੱਚ ਕੋਈ ਆਪਾਂ ਆਈਸੀ ਵਗੈਰਾ ਲਗਾਉਣਾ ਉਹਨੂੰ ਹੋਲਡ ਕਰਨਾ ਉਹਨੂੰ ਪੜ੍ਹਨਾ ਹੈਗਾ ਸੋਲਡਰ ਕਰਨਾ ਹੈਗਾ ਤਾਂ ਇਸ ਦੀ ਮਦਦ ਦੇ ਨਾਲ ਆਪਾਂ ਪਕੜ ਕੇ ਬਰੀਕ ਤੋਂ ਬਰੀਕ ਕੰਪੋਨੈਂਟ ਨੂੰ ਆਪਾਂ ਸੋਲਡਰ ਜਾਂ ਡੀਸੋਲਡਰ ਕਰ ਸਕਦੇ ਹਾਂ ਔਰ ਆਪਣੀ ਪੀਸੀ ਦੇ ਵਿੱਚ ਆਪਾਂ ਸਹੀ ਸਥਾਨ 'ਤੇ ਉਹਨੂੰ ਆਪਾਂ ਮਾਊਂਟ ਕਰ ਸਕਦੇ ਹਾਂ ਇਹ ਟਵੀਜ਼ਰ ਦਾ ਬੜਾ ਹੀ ਅਹਿਮ ਜਿਹੜਾ ਰੋਲ ਹੁੰਦਾ ਹੈ ਪੀਸੀ ਵੀ ਟਰਬਲ ਔਰ ਪੂਰੀ ਜਿਹੜੀ ਇਹ ਚਿਮਟੀ ਹੈ ਇੰਸੂਲੇਸ਼ਨ ਮਟੀਰੀਅਲ ਦੇ ਨਾਲ ਜਿਹੜਾ ਇਹ ਕਵਰ ਹੁੰਦੀ ਹੈ ਔਰ ਤਾਂ ਜੋ ਜਿਹੜਾ ਟੈਕਨੀਸ਼ੀਅਨ ਨੂੰ ਜਿਹੜਾ ਝਟਕਾ ਨਾ ਲੱਗੇ ਕਰੰਟ ਨਾ ਲੱਗੇ ਇਸਦਾ ਵੀ ਬੜਾ ਖਿਆਲ ਰੱਖਿਆ ਗਿਆ ਪੂਰੇ ਦਾ ਪੂਰਾ ਇਹਨੂੰ ਕਵਰ ਕੀਤਾ ਗਿਆ ਇੰਸੂਲੇਸ਼ਨ ਔਰ ਜੋ ਅਗਲਾ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹੈਗਾ ਜਿਹੜਾ ਨੈਕਸਟ ਜਿਹੜਾ ਹੈਗਾ ਹੈਗਾ ਇਲੈਕਟ੍ਰੋਨਿਕਸ ਮਕੈਨਿਕ ਖੇਤਰ ਦੇ ਵਿੱਚ ਇਲੈਕਟ੍ਰੋਨਿਕਸ ਟੈਕਨੀਕ ਦੇ ਖੇਤਰ ਦੇ ਵਿੱਚ ਜੋ ਵਰਤੋਂ ਦੇ ਵਿੱਚ ਆਉਂਦਾ ਹੈਗਾ ਐਲ ਕੀ ਦਾ ਬੜਾ ਅਹਿਮ ਰੋਲ ਹੈ ਵਰਤਮਾਨ ਸਮੇਂ ਦੇ ਵਿੱਚ ਜਿੰਨੇ ਵੀ ਆਪਾਂ ਦੇਖਦੇ ਹਾਂ ਚਾਈਨਾ ਮੇਡ ਜਿੰਨੇ ਵੀ ਆਪਣੇ ਇਲੈਕਟ੍ਰੋਨਿਕਸ ਸਰਕਟ ਨੇ ਚਾਈਨਾ ਮੇਡ ਲਾਓ ਜਾਂ ਹੁਣ ਤਾਂ ਇੰਡੀਆ ਦੇ ਵਿੱਚ ਵੀ ਆਪਣੇ ਦੇਸ਼ ਦੇ ਵਿੱਚ ਵੀ ਜਿਹੜਾ ਉਤਪਾਦਨ ਹੋਣ ਲੱਗ ਪਿਆ ਜਿੰਨੇ ਵੀ ਜਿਹੜੇ ਨਵੇਂ ਸਰਕਟਾਂ ਦੇ ਵਿੱਚ ਜਿਹੜੇ ਨਟ ਯੂਜ ਕੀਤੇ ਜਾਂਦੇ ਆ ਉਹ ਐਲ ਕੀ ਦੇ ਨਾਲ ਹੀ ਖੁੱਲ੍ਹਦੇ ਨੇ ਔਰ ਉਹਨਾਂ ਜਿਹੜਾ ਨਟਾਂ ਦੀ ਜਾਂ ਸਕਰੂ ਦਾ ਜਿਹੜਾ ਮੇਨ ਜਿਹੜਾ ਹੈਗਾ ਗਾ ਖਾਸੀਅਤ ਇਹ ਹੈ ਵੀ ਉਹਨਾਂ ਦਾ ਜਿਹੜਾ ਬੜੀ ਵਧੀਆ ਗ੍ਰਿਪਿੰਗ ਔਰ ਪਾਵਰ ਹੁੰਦੀ ਹੈ ਔਰ ਉਹ ਬੜੇ ਟਿਕਾਊ ਹੁੰਦੇ ਨੇ ਉਹ ਜਲਦੀ ਜਲਦੀ ਖੁੱਲ੍ਹਦੇ ਨਹੀਂ ਔਰ ਖਰਾਬ ਨਹੀਂ ਹੁੰਦੇ ਔਰ ਸਿਰਫ ਐਲ ਕੀ ਦੀ ਮਦਦ ਦੇ ਨਾਲ ਉਹਨੂੰ ਆਪਾਂ ਖੋਲ ਜਾਂ ਕਰ ਸਕਦੇ ਹਾਂ ਔਰ ਐਲ ਕੀ ਜਿਹੜਾ ਹੈਗਾ ਸਟੇਨਲੈਸ ਸਟੀਲ ਮਟੀਰੀਅਲ ਦਾ ਜਿਹੜਾ ਬਣਿਆ ਹੁੰਦਾ ਹੈਗਾ ਔਰ ਇਹਦੇ ਵਿੱਚ ਆਪਾਂ ਮੇਨ ਤੌਰ 'ਤੇ ਜਿਹੜਾ ਇਲੈਕਟ੍ਰੋਨਿਕਸ ਮਕੈਨਿਕ ਜਿਹੜਾ ਇਲੈਕਟ੍ਰੋਨਿਕਸ ਟੈਕਨੀਸ਼ੀਅਨ ਹੈ ਉਹ ਸਟਾਰ ਟਾਈਪ ਜਾਂ ਮੈਟ੍ਰਿਕਸ ਟਾਈਪ ਜਿਹੜਾ ਐਲ ਕੀ ਦੀ ਵਰਤੋਂ ਕਰਦਾ ਹੈਗਾ ਐਲ ਕੀ ਦੀ ਮਦਦ ਦੇ ਨਾਲ ਬੜੀ ਆਸਾਨੀ ਦੇ ਨਾਲ ਮਤਲਬ ਕਿ ਬਹੁਤ ਹੀ ਆਪਣਾ ਜਿਹੜਾ ਫਿਜ਼ੀਕਲੀ ਜਿਹੜਾ ਟੈਕਨੀਸ਼ੀਅਨ ਨੂੰ ਬੜੇ ਰਿਲੈਕਸ ਢੰਗ ਦੇ ਨਾਲ ਜਿਹੜਾ ਉਹਨੂੰ ਨਟ ਨੂੰ ਕੱਸਣ ਦੇ ਵਿੱਚ ਬੜੀ ਮਦਦ ਮਿਲਦੀ ਹੈ
और बड़े अच्छे ढंग दे नाल वो नाट नू या किसी काव्य नू वो जा कर सकदा है। ये मैट्रिक्स जिहड़ी एल की है थोड़ी जो होती है और वर्तमान समय दे विच है भी जिहड़े व्हीकल्स ने ऑटोमोबाइल खेत्र दे विच भी जिहड़ा आपां देखिए जिहड़ियां व्हीकल्स आ रहे है ऑटोमोबाइल खेत्र दे विच ओहदे विच भी जिन्ने भी नट वगैरह हैगे ने बेशक ओह हैवी ड्यूटी है जां लाइट है ओहदे विच सारे जिहड़े नट है नाउ इट इज जिन्ना भी है ओह एल की दी मदद दे नाल खुलण योग बना दिते गए है और ज़्यादा जिहड़े टैक्नीशियन है बेशक ओह किसी भी ट्रेड दे नाल संबंधित हो ओह एल की दी मदद दे नाल जिहड़ा हैगा अपना जिहड़ा नट नू खोलदे जां जड़दे है जां कस। अगे अपना जिहड़ा इलैक्ट्रॉनिक्स मकैनिक का जिहड़ा अगला जिहड़ा हथियार है ओहदे बारे अपना गल करांगे। उसदे विच ब्रडल जो तुहाडी स्क्रीन दे उपर शो हो रहा ब्रडल ਇਹਨੂੰ ਆਪਾਂ ਸ਼ੁੱਧ ਪੰਜਾਬੀ ਦੇ ਵਿੱਚ ਸੂਆ ਵੀ ਕਹਿ ਦਿੰਦੇ ਹਾਂ। ਇਹ ਹੋਲ ਕਰਨ ਦੇ ਕੰਮ ਆਉਂਦਾ ਹੈ ਸ਼ੇਕ ਕਰਨ ਦੇ ਕੰਮ ਆਉਂਦਾ ਹੈ ਔਰ ਪੁਰਾਤਨ ਸਮੇਂ ਦੇ ਵਿੱਚ ਜਿਹੜਾ ਇਹਦੀ ਵਰਤੋਂ ਬਹੁਤ ਜ਼ਿਆਦਾ ਜਿਹੜੇ ਆਪਣੇ ਟੈਕਨੀਸ਼ੀਅਨ ਸੀ ਕਰਦੇ ਸੀ ਬਟ ਨਾਓ ਏ ਡੇਜ਼ ਜਿਹੜਾ ਜਿਹੜੀ ਟੈਕਨੀਕ ਹੈ ਵਰਤਮਾਨ ਸਮੇਂ ਦੇ ਵਿੱਚ ਜਿਹੜੀ ਵੱਧ ਗਈ ਹੈ ਔਰ ਵਧੀਆ ਟੈਕਨੀਕ ਨਾਲ ਜਿਹੜੇ ਖੋਲਦਾ ਆਟੋਮੈਟਿਕਲੀ ਜਿਹੜਾ ਮਤਲਬ ਕਿ ਵੀ ਜਿਹੜਾ ਹੈਗਾ ਗਾ ਪਹਿਲਾਂ ਹੀ ਬਣੇ ਹੁੰਦੇ ਆ ਔਰ ਅੱਜ ਇਸਦੀ ਜਿਹੜੀ ਲੋੜ ਬਹੁਤ ਘੱਟ ਪੈਂਦੀ ਹੈ ਔਰ ਪਰੰਤੂ ਜਿਹੜਾ ਹੈਗਾ ਗਾ ਇਹ ਵੀ ਇੱਕ ਬੜਾ ਅਹਿਮ ਰੋਲ ਜਿਹੜਾ ਅਦਾ ਕਰਦਾ ਸੀ ਜਦੋਂ ਹੱਥ ਦੇ ਨਾਲ ਜਿਹੜਾ ਪੀ ਸੀ ਬੀ ਨੂੰ ਡਿਜ਼ਾਇਨ ਕੀਤਾ ਜਾਂਦਾ ਸੀਗਾ ਉਸ ਸਮੇਂ ਦੇ ਵਿੱਚ ਜਿਹੜਾ ਬ੍ਰਡਲ ਸੀ ਬ੍ਰਡਲ ਹੈ ਸੂਆ ਹੈ ਬੜੀ ਅਹਿਮ ਰੋਲ ਅਦਾ ਕਰਦਾ ਸੀ ਜਿੱਥੇ ਵੀ ਕੰਪੋਨੈਂਟਸ ਲਗਾਇਆ ਜਾਂਦਾ ਸੀਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਇੰਨੀਆਂ ਬਰੀਕ ਬਿਟਸ ਨਹੀਂ ਆਉਂਦੀਆਂ ਸੀ ਹੋਲ ਕਰਨ ਵਾਸਤੇ ਤਾਂ ਉੱਥੇ ਬ੍ਰਿਡਲ ਤੋਂ ਕੰਮ ਲਿਆ ਜਾਂਦਾ ਸੀਗਾ ਕਿਸੇ ਵੀ ਕੰਪੋਨੈਂਟ ਨੂੰ ਪੀ ਸੀ ਬੀ ਦੇ ਵਿੱਚ ਲਾਉਣ ਵਾਸਤੇ ਉਹ ਜਿਹੜਾ ਬ੍ਰਿਡਲ ਤੋਂ ਕੰਮ ਲਿਆ ਜਾਂਦਾ ਸੀ ਹੋਲ ਕਰਨ ਵਾਸਤੇ ਤਾਂ ਜਿਹੜਾ ਬ੍ਰਿਡਲ ਦਾ ਜਿਹੜਾ ਹੈਗਾ ਗਾ ਹੈਂਡਲ ਉਹ ਲੱਕੜ ਦਾ ਬਣਿਆ ਹੋਇਆ ਸੀ ਔਰ ਜਿਹੜਾ ਮੂਹਰਲਾ ਜਿਹੜਾ ਸੂਆ ਹੈਗਾ ਤਿੱਖਾ ਜਿਹੜਾ ਪਾਰਟ ਹੈ ਉਹ ਹਾਈ ਕਾਰਬਨ ਸਟੀਲ ਦਾ ਜਾਂ ਜਾਂ ਪੱਕੇ ਲੋਹੇ ਦਾ ਪੰਜਾਬੀ ਦੇ ਵਿੱਚ ਕਹਿ ਲਓ ਪੱਕੇ ਲੋਹੇ ਦਾ ਜਿਹੜਾ ਬਣਿਆ ਹੋਇਆ ਸੀਗਾ ਔਰ ਇਹਨੂੰ ਮੋਸਟਲੀ ਜਿਹੜਾ ਟੈਕਨੀਸ਼ੀਅਨ ਹੈ ਆਪਣਾ ਉਹ ਜਿਹੜਾ ਯੂਜ਼ ਕਰਦਾ ਸੀ ਹੋਲ ਕਰਨ ਵਾਸਤੇ। ਤਾਂ ਨੈਕਸਟ ਜਿਹੜੀ ਮੈਂ ਗੱਲ ਕਰੂੰਗਾ ਇੱਕ ਇਲੈਕਟ੍ਰੋਨਿਕਸ ਮਕੈਨਿਕ ਜਾਂ ਟੈਕਨੀਸ਼ੀਅਨ ਦੇ ਝੋਲੇ ਦੇ ਵਿੱਚ ਇੱਕ ਹਥੌੜੇ ਦਾ ਹੋਣਾ ਬੜਾ ਜ਼ਰੂਰੀ ਹੈ। ਹਥੌੜੀ ਹਥੌੜੀ ਦਾ ਬੜਾ ਜਿਹੜਾ ਅਹਿਮ ਯੋਗਦਾਨ ਰਿਹਾ ਹੈਗਾ ਹਰ ਇੱਕ ਟ੍ਰੇਡ ਦੇ ਵਾਸਤੇ ਔਰ ਇਕੱਲੇ ਇਲੈਕਟ੍ਰੋਨਿਕਸ ਮਕੈਨਿਕ ਦੀ ਮੈਂ ਗੱਲ ਕਰ ਰਿਹਾ ਹਰ ਇੱਕ ਟ੍ਰੇਡ ਦੇ ਵਿੱਚ ਜਿਹੜਾ ਹਥੌੜੀ ਦਾ ਬਹੁਤ ਹੀ ਵਧੀਆ ਜਿਹੜਾ ਬੜਾ ਹੀ ਅਹਿਮ ਔਰ ਬੜਾ ਹੀ ਇੰਪੋਰਟੈਂਟ ਜਿਹੜਾ ਯੋਗਦਾਨ ਹੈ। ਹਥੌੜੀ ਦਾ ਜਿਹੜਾ ਮੇਨ ਜਿਹੜਾ ਕੰਮ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਹ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਮੈਂ ਸ਼ੋ ਕਰ ਰਿਹਾ ਇਹ ਬਾਲ ਪੀਨ ਹੈਮਰ ਹੈ ਬਾਲ ਪਿਨ ਹਥੌੜੀ ਹੈ। ਇੱਕ ਪਾਸਾ ਜਿਹੜਾ ਇਹਦਾ ਉੱਪਰਲਾ ਜਿਹੜਾ ਹੈਗਾ ਗਾ ਉਹ ਗੋਲ ਆਕਾਰ ਦਾ ਜਿਹੜਾ ਹੈਗਾ ਗਾ ਬਾਲ ਰੂਪ ਦੇ ਵਿੱਚ ਹੈ ਦੂਸਰਾ ਇਹਦਾ ਹੈਗਾ ਪਲੇਨ ਹੈ। ਇਹਦੀ ਸਹਾਇਤਾ ਦੇ ਨਾਲ ਆਪਾਂ ਕਿਸੇ ਵੀ ਚੀਜ਼ ਨੂੰ ਘੁੱਟ ਕੇ ਜਾਂ ਇਸਦੀ ਸੱਟ ਦੇ ਨਾਲ ਆਪਾਂ ਇਹਨੂੰ ਸਿੱਧਾ ਕਰ ਸਕਦੇ ਹਾਂ ਜਾਂ ਕਿਸੇ ਵੀ ਆਕਾਰ ਦੇ ਵਿੱਚ ਆਪਾਂ ਕਿਸੇ ਚਾਦਰ ਨੂੰ ਵਧਾਉਣਾ ਹੋਵੇ ਜਾਂ ਘੁੱਟ ਕੇ ਉਹਨੂੰ ਕਿਸੇ ਵੀ ਆਕਾਰ ਦੇ ਵਿੱਚ ਆਪਾਂ ਇਹਦੇ ਮਦਦ ਦੇ ਨਾਲ ਆਪਾਂ ਕਰ ਸਕਦੇ ਹਾਂ ਜਾਂ ਕਿੱਲ ਜਾਂ ਮੇਖਾਂ ਇਹਨੂੰ ਲਗਾਉਣ ਦੇ ਲਈ ਕੰਧ ਦੇ ਵਿੱਚ ਲਾਓ ਲਗਾਉਣ ਵਾਸਤੇ ਜਾਂ ਲੱਕੜ ਦੇ ਵਿੱਚ ਕਿਸੇ ਵੀ ਕਿੱਲ ਜਾਂ ਮੇਖ ਲਗਾਉਣ ਵਾਸਤੇ ਜਿਹੜੀ ਹਥੌੜੀ ਦੀ ਵਰਤੋਂ ਕੀਤੀ ਜਾਂਦੀ ਹੈ। ਔਰ ਇਲੈਕਟ੍ਰੋਨਿਕਸ ਮਕੈਨਿਕ ਹੈ ਜਿਹੜਾ ਜਾਂ ਇਲੈਕਟ੍ਰੋਨਿਕਸ ਟੈਕਨੀਸ਼ੀਅਨ ਹੈ ਜਿਹੜੀ ਹਥੌੜੀ ਦੀ ਵਰਤੋਂ ਕਰਦਾ ਹੈਗਾ ਉਹ ਜ਼ਿਆਦਾ ਪੁਰਾਤਨ ਸਮੇਂ ਦੇ ਵਿੱਚ ਸ਼ੈਣੀ ਅਤੇ ਹਥੌੜੀ ਜਿਹੜੀ ਉਹਦੇ ਝੋਲੇ ਦੇ ਵਿੱਚ ਹੁੰਦੀ ਸੀ ਔਰ ਅੱਜ ਕੱਲ੍ਹ ਜਿਹੜਾ ਹੈਗਾ ਗਾ ਨਵੀਂ ਟੈਕਨੋਲੋਜੀ ਨਵੀਆਂ ਗੁੱਡੀਆਂ ਨਵੇਂ ਪਟੋਲੇ ਵਾਲੀ ਗੱਲ ਵੀ ਕਟਰ ਆ ਗਏ ਜੀ
ਜਦੋਂ ਵੀ ਕਿਤੇ ਆਪਣਾ ਕੋਈ ਕੰਮ ਚੱਲਦਾ ਹੈਗਾ ਤਾਂ ਉਹ ਇਸ ਦੀ ਵਰਤੋਂ ਕਰਨ ਦੀ ਬਜਾਏ ਅੱਜ ਕੱਲ੍ਹ ਜਿਹੜਾ ਕਟਰ ਦਾ ਜਿਹੜਾ ਜ਼ਿਆਦਾ ਟ੍ਰੈਂਡ ਹੋ ਗਿਆ ਹੈਗਾ। ਪੁਰਾਤਨ ਸਮੇਂ ਦੇ ਵਿੱਚ ਜਿਹੜਾ ਛੈਣੀ ਜਿਹਨੂੰ ਚੀਜ਼ਲ ਕਹਿੰਦੇ ਆ, ਚੀਜ਼ਲ ਛੈਣੀ ਔਰ ਹਥੌੜੇ ਦੀ ਜਿਹੜੀ ਵਰਤੋਂ ਕਰਕੇ ਜਿਹੜੀਆਂ ਕੰਧਾਂ ਦੇ ਵਿੱਚ ਝਿਰੀਆਂ ਮਾਰੀਆਂ ਜਾਂਦੀਆਂ ਸੀਗੀਆਂ ਔਰ ਹੋਲ ਕੀਤੇ ਜਾਂਦੇ ਸੀਗੇ ਔਰ ਵੱਡੇ ਵੱਡੇ ਸਰਕਟਸ ਨੂੰ ਮਾਊਂਟ ਕਰਨ ਵਾਸਤੇ ਸ਼ੈਣੀ ਦੇ ਹਥੌੜੀ ਨੇ ਬੜਾ ਆਪਣਾ ਜਿਹੜਾ ਅਹਿਮ ਰੋਲ ਅਦਾ ਕੀਤਾ ਸੀ। ਪਰ ਨਾਓ ਇਟ ਜਿਹੜਾ ਟੈਕਨੀਕ ਜਿਹੜੀ ਲੇਟੈਸਟ ਟੈਕਨੀਕ ਹੈ ਉਹਦੇ ਵਿੱਚ ਕੀ ਹੈ, ਕਟਰ ਚੱਲ ਪਿਆ ਹੈ ਜੀ। ਕਟਰ ਦੇ ਨਾਲ ਬਸ ਚੰਦ ਮਿੰਟਾਂ ਦੇ ਵਿੱਚ ਜਿਹੜੀ ਆਪਣੇ ਚਿਰੀ ਜਾਂ ਹੋਲ ਬਚ ਜਾਂਦਾ ਹੈ ਤੇ ਬੜਾ ਫਾਸਟ ਕੰਮ ਕਰਦੀ ਜਿਹੜਾ ਟੈਕਨੀਸ਼ੀਅਨ ਹੈ ਔਰ ਘੱਟ ਸਮੇਂ ਦੇ ਵਿੱਚ ਉਸ ਕੰਮ ਨੂੰ ਜਿਹੜਾ ਨਿਪਟਾ ਲੈਂਦਾ। ਇਲੈਕਟ੍ਰੋਨਿਕਸ ਮਕੈਨਿਕ ਦਾ ਜਿਹੜਾ ਅਗਲਾ ਉਹਦੇ ਝੋਲੇ ਦੇ ਵਿੱਚ ਜਾਂ ਉਹਦੀ ਕਿੱਟ ਦੇ ਵਿੱਚ ਜਿਹੜਾ ਅਗਲਾ ਅਹਿਮ ਹਥਿਆਰ ਉਹ ਤੁਹਾਡੀ ਸਕਰੀਨ ਦੇ ਉੱਪਰ ਸ਼ੋਅ ਕਰਨ ਜਾ ਰਹੇ ਹਾਂ, ਜਿਹਨੂੰ ਆਪਾਂ ਸੋਲਡਰਿੰਗ ਆਇਰਨ ਵੀ ਕਹਿੰਦੇ ਆ, ਪੰਜਾਬੀ ਦੇ ਵਿੱਚ ਕਾਵਿਆ ਕਾਵਿਆ। ਇਲੈਕਟ੍ਰੋਨਿਕਸ ਟ੍ਰੇਡ ਦੇ ਵਿੱਚ ਜਿਹੜਾ ਇਹਦਾ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਟ੍ਰੇਡ ਦੇ ਵਿੱਚ ਬੜਾ ਅਹਿਮ ਯੋਗਦਾਨ, ਬਹੁਤ ਹੀ ਮਤਲਬ ਅਹਿਮ ਜਿਹੜਾ ਇੱਕ ਸੰਦ ਹੈ ਇਹ ਸੋਲਡਰਿੰਗ ਆਇਰਨ, ਜਿਹਨੂੰ ਆਪਾਂ ਕਾਵਿਆ ਵੀ ਕਹਿੰਦੇ ਹਾਂ। ਔਰ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਇਹ ਫੋਟੋ ਜਿਹੜੀ ਸ਼ੋ ਹੋ ਰਹੀ ਹੈ, ਸਲਾਈਡ ਜਿਹੜੀ ਸ਼ੋ ਹੋ ਰਹੀ ਹੈ, ਇਹਦੇ ਵਿੱਚ ਇੱਕ ਕਾਵਿਆ ਦਿਖਾਇਆ ਗਿਆ ਹੈਗਾ। ਔਰ ਮੈਂ ਤੁਹਾਡੀ ਜਾਣਕਾਰੀ ਹਿੱਤ ਦੱਸ ਦਿਆਂ, ਕਾਵਿਏ ਜਿਹੜੇ ਹੈ ਅਲੱਗ ਅਲੱਗ ਵਾਰਡਸ ਦੇ ਆਉਂਦੇ ਆ ਔਰ ਹੈਵੀ ਜਿਹੜਾ ਕੰਮ ਕਰਨ ਵਾਸਤੇ ਜਾਂ ਮੋਟੀਆਂ ਤਾਰਾਂ ਤੇ ਟਾਂਕਾ ਲਾਉਣ ਵਾਸਤੇ ਜਿਹੜਾ ਹੈਗਾ ਉਹ ਜ਼ਿਆਦਾ ਵਾਟ ਦਾ ਹੈਗਾ, ਠੀਕ ਹੈ, 1000 ਵਾਟ, 1500 ਵਾਟ, 500 ਵਾਟ, ਠੀਕ ਹੈ। ਔਰ ਜਿਹੜਾ ਆਪਣੇ ਇਲੈਕਟ੍ਰੋਨਿਕਸ ਪੀਸੀਬੀ ਜਾਂ ਸਰਕਟ ਦੇ ਵਿੱਚ ਆਈਸੀ ਵਗੈਰਾ ਨੂੰ ਸੋਲਡਰ ਕਰਨ ਵਾਸਤੇ ਜਾਂ ਕੰਪੋਨੈਂਟਸ ਨੂੰ ਸੋਲਡਰ ਕਰਨ ਵਾਸਤੇ ਜਿਹੜਾ ਆਪਾਂ ਕਾਵਿਆ ਯੂਜ ਕਰਦੇ ਹਾਂ, ਜਾਂ ਤਾਂ 35 ਵਾਟ ਦਾ ਜਾਂ 20 ਵਾਟ ਦਾ ਜਿਹੜਾ ਕਾਵਿਆ, ਮੋਸਟਲੀ ਆਪਾਂ ਜਿਹੜਾ ਇਲੈਕਟ੍ਰੋਨਿਕਸ ਲੈਬ ਦੇ ਵਿੱਚ ਆਪਾਂ ਇਹਦੀ ਵਰਤੋਂ ਕਰਦੇ ਹਾਂ। ਕਾਵਿਏ ਦੇ ਨਾਲ ਕੁਛ ਜਿਹੜੀਆਂ ਤੁਹਾਨੂੰ ਇੱਥੇ ਦਿਖਾਈ ਦੇ ਰਹੀਆਂ ਨੇ, ਇਹਦੇ ਵਿੱਚ ਇੱਕ ਸੋਲਡਰਿੰਗ ਵਾਇਰ ਹੈ, ਸੋਲਡਰਿੰਗ ਵਾਇਰ ਜਿਸਦੀ ਮਦਦ ਦੇ ਨਾਲ ਆਪਾਂ ਕਾਵਿਏ ਨੂੰ ਗਰਮ ਕਰਕੇ ਜਿਸਦੀ ਤਾਰ ਦੇ ਨਾਲ ਜਦੋਂ ਆਪਾਂ ਟੱਚ ਕਰਦੇ ਹਾਂ ਉਹ ਪਿਘਲ ਜਾਂਦੀ ਹੈ ਔਰ ਸੋਲਡਰਿੰਗ ਦੀ ਜਿਹੜੀ ਬਿੱਟ ਦੇ ਉੱਪਰ ਲੱਗ ਜਾਂਦੀ ਹੈ। ਜਿਹੜੀ ਇਹ ਤਾਰ ਹੈ, ਜਿਹੜੀ ਇਹ ਸੋਲਡਰਿੰਗ ਵਾਇਰ ਹੈ, ਜਿਹੜੀ ਇਹ ਪਿਘਲਦੀ ਹੈ ਉਸਦੇ ਟੈਂਪਰੇਚਰ ਦੇ ਨਾਲ, ਇਹ ਟਿਨ ਤੇ ਲੈਡ ਦੀ ਬਣੀ ਹੁੰਦੀ ਹੈ, ਟਿਨ ਤੇ ਲੈਡ ਮਟੀਰੀਅਲ ਦੀ ਜਿਹੜੀ ਬਣੀ ਹੁੰਦੀ ਹੈ ਜੋ ਕਿ 70 ਜਾਂ 30 ਦੀ ਰੇਸ਼ੋ ਦੇ ਵਿੱਚ ਹੁੰਦਾ ਹੈਗਾ ਔਰ 60 ਜਾਂ 40 ਦੀ ਰੇਸ਼ੋ ਦੇ ਵਿੱਚ ਵੀ ਟਿਨ ਤੇ ਲੈਡ ਦੀ ਵਰਤੋਂ ਕਰਕੇ ਜਿਹੜੀ ਇਹ ਵਾਇਰ ਬਣਾਈ ਜਾਂਦੀ ਹੈ। ਇਸ ਦੀ ਮਦਦ ਦੇ ਨਾਲ ਆਪਾਂ ਜਿਹੜਾ ਟਾਂਕਾ ਲਾਉਂਦੇ ਹਾਂ। ਇੱਕ ਜਿਹੜੀ ਤੁਹਾਡੀ ਸਕਰੀਨ ਦੇ ਉੱਪਰ ਡੱਬੀ ਸ਼ੋ ਹੋ ਰਹੀ ਹੈ ਜਿਸ ਤੇ ਲਿਖਿਆ ਹੋਇਆ ਹੈਗਾ ਸੋਲਡਰਿੰਗ ਫਲਕਸ। ਸੋਲਡਰਿੰਗ ਫਲਕਸ ਦਾ ਜਿਹੜਾ ਕੀ ਹੈਗਾ ਫੰਕਸ਼ਨ ਹੈਗਾ ਗਾ, ਜਦੋਂ ਇੱਕ ਟੈਕਨੀਸ਼ੀਅਨ ਟਾਂਕੇ ਲਗਾਉਂਦਾ ਹੈਗਾ, ਪੀਸੀਬੀ ਦੇ ਵਿੱਚ ਕੋਈ ਕੰਮ ਕਰਦਾ ਹੈ ਟਾਂਕਾ ਲਗਾਉਣ ਦਾ ਜਾਂ ਕੰਪੋਨੈਂਟ ਨੂੰ ਜੋੜਨ ਦਾ ਪੀਸੀਬੀ ਦੇ ਨਾਲ, ਤਾਂ ਕੀ ਹੈ ਉਸਦਾ ਜਿਹੜਾ ਟਾਂਕਾ ਖੁਸ਼ਕ ਨਾ ਰਹਿ ਜਾਵੇ ਤਾਂ ਉਸਦੇ ਆਕਸੀਕਰਨ ਵਾਸਤੇ ਜਿਹੜਾ ਫਲਕਸ ਦਾ ਜਿਹੜਾ ਪੇਸਟ ਹੈ ਉਹ ਉਸਦੇ ਨਾਲ ਲਾ ਦਿੱਤਾ ਜਾਂਦਾ ਹੈਗਾ। ਉਹਨੂੰ ਥੋੜ੍ਹਾ ਜਿਹਾ ਟੱਚ ਕਰਕੇ ਸੋਲਡਰਿੰਗ ਵਾਇਰ ਨੂੰ ਉਹਦੇ ਨਾਲ ਉਹਦੇ ਵਿੱਚ ਲਵੇੜ ਕੇ ਲਾ ਲਓ ਜਾਂ ਭਿਉਂ ਕੇ ਲਾ ਲਓ, ਆਪਾਂ ਜਿਹੜਾ ਟਾਂਕਾ ਜੇ ਅਗਰ ਲਗਾਵਾਂਗੇ ਤਾਂ ਉਹ ਟਾਂਕਾ ਜਿਹੜਾ ਬੜਾ ਸੋਲਿਡ ਢੰਗ ਦੇ ਨਾਲ ਜਿਹੜਾ ਲੱਗੇਗਾ ਔਰ ਜਿਹੜੀ ਉਹਦੀ ਟੁੱਟਣ ਦੀ ਗੁੰਜਾਇਸ਼ ਹੈ ਬਹੁਤ ਘੱਟ ਜਾਂਦੀ ਹੈ ਔਰ ਉਹ ਖੁਸ਼ਕ ਨਹੀਂ ਰਹੇਗਾ, ਟੁੱਟੇਗਾ ਨਹੀਂ ਔਰ ਜੋ ਹੈ ਉਹਦੀ ਲਾਈਫ ਹੈ ਉਹ ਲੌਂਗ ਟਾਈਮ ਤੱਕ ਜਿਹੜਾ ਉਹ ਟਾਂਕਾ ਜਿਹੜਾ ਕੰਮ ਕਰੇਗਾ। ਔਰ ਇਸ ਤੋਂ ਜਿਹੜਾ ਅੱਗੇ ਤੁਸੀਂ ਦੇਖ ਸਕਦੇ ਹੋ ਸੋਲਡਰਿੰਗ ਫਲਕਸ ਦੀ ਡੱਬੀ ਦੇ ਨਾਲ ਇੱਕ ਡੀ ਸੋਲਡਰ ਵਿਕ ਜਿਹੜਾ ਸ਼ੋਅ ਹੋ ਰਹੀ ਹੈ, ਡੀ ਸੋਲਡਰਿੰਗ ਵਾਇਰ ਕਹਿ ਦਿੰਦੇ ਹਾਂ ਆਪਾਂ, ਇਹ ਜਿਹੜੀ ਤਾਂਬੇ ਦੀ ਵਾਇਰ ਹੈ ਇਹਦੇ ਨਾਲ ਆਪਾਂ ਜਦੋਂ ਆਪਾਂ ਸੋਲਡਰ ਕਰਦੇ ਹਾਂ ਤਾਂ ਬਹੁਤੇ ਵਾਰੀ ਆਪਣਾ ਜਿਹੜਾ ਸੋਲਡਰ ਮਟੀਰੀਅਲ ਆ ਜਿਹੜਾ ਉਹ ਜ਼ਿਆਦਾ ਲੱਗ ਜਾਂਦਾ ਹੈਗਾ, ਖਿੱਲਰ ਜਾਂਦਾ ਹੈਗਾ, ਤਾਂ ਉਸ ਮਟੀਰੀਅਲ ਨੂੰ, ਅਨਵਾਂਟਡ ਮਟੀਰੀਅਲ ਨੂੰ ਹਟਾਉਣ ਵਾਸਤੇ ਆਪਾਂ ਜਿਹੜੀ ਇਸ ਤਾਰ ਦੀ ਮਦਦ ਦੇ ਨਾਲ ਸੋਲਡਰਿੰਗ ਆਇਰਨ ਦੇ ਨਾਲ ਲਗਾ ਕੇ ਜਿਹੜਾ ਉਹ ਅਨਵਾਂਟਡ ਸੋਲਡਰ ਜਿਹੜਾ ਮਟੀਰੀਅਲ ਹੈ ਟਿਨ ਤੇ ਲੈਡ ਹੈ ਉਹਨੂੰ ਆਪਾਂ ਸੋਖ ਲੈਂਦੇ ਹਾਂ, ਅਬਜ਼ਰਵ ਕਰ ਲੈਂਦੇ ਹੈਗੇ
ਤਾਂ ਜੋ ਜਿਹੜਾ ਅਨਵਾਂਟਡ ਜਿਹੜਾ ਪੀਸੀਬੀ ਦੇ ਉੱਪਰ ਜਿਹੜਾ ਹੈਗਾ ਉਹ ਟਾਂਕਾ ਸਾਫ਼ ਢੰਗ ਦੇ ਨਾਲ ਲੱਗੇ ਔਰ ਦੂਸਰੇ ਟਾਂਕਿਆਂ ਦੇ ਨਾਲ ਜਿਹੜਾ ਉਹ ਟੱਚ ਨਾ ਕਰੇ ਔਰ ਬਕਾਇਦਾ ਪ੍ਰੋਪਰ ਢੰਗ ਦੇ ਨਾਲ ਜਿਹੜਾ ਕੰਪੋਨੈਂਟ ਲੱਗਿਆ ਉਹ ਬਕਾਇਦਾ ਵਧੀਆ ਢੰਗ ਦੇ ਨਾਲ ਜਿਹੜਾ ਕੰਮ ਕਰ ਸਕੇ ਔਰ ਆਪਣੀ ਜਿਹੜੀ ਕੰਡਕਟੀਵਿਟੀ ਹੈ ਉਹ ਸਹੀ ਢੰਗ ਦੇ ਰੂਪ ਦੇ ਵਿੱਚ ਫਲੋ ਕਰੇ ਔਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਇੱਕ ਸੋਲਡਰਿੰਗ ਆਪਣਾ ਜਿਹੜਾ ਸੋਲਡਰਿੰਗ ਆਇਰਨ ਦਾ ਜਿਹੜਾ ਬਿੱਟ ਹੈ ਬਿੱਟ ਸ਼ੋ ਹੋ ਰਿਹਾ ਹੈਗਾ ਤੁਹਾਡੀ ਜਾਣਕਾਰੀ ਹੈ ਤਾਂ ਮੈਂ ਦੱਸ ਦਿਆਂ ਵੀ ਜਿਹੜੇ ਸੋਲਡਰਿੰਗ ਬਿੱਟ ਹੈ ਇਹ ਵੀ ਅਲੱਗ ਅਲੱਗ ਪ੍ਰਕਾਰ ਦੇ ਹੈਗੇ ਨੇ ਸੋਲਡਰਿੰਗ ਬਿੱਟ ਕਈ ਤਰ੍ਹਾਂ ਦੇ ਹੁੰਦੇ ਆ ਸੋਲਡਰਿੰਗ ਬਿੱਟ ਵੱਖ ਵੱਖ ਸੋਲਡਰਿੰਗ ਬਿੱਟਾਂ ਦੇ ਨਾਲ ਜਿਹੜੇ ਬਰੀਕ ਤੋਂ ਬਰੀਕ ਮੋਟੇ ਤੋਂ ਮੋਟਾ ਟਾਂਕਾ ਲਗਾਉਣ ਵਾਸਤੇ ਆਪਾਂ ਅਲੱਗ ਅਲੱਗ ਸਾਈਜ਼ ਦੇ ਵਿੱਚ ਜਿਹੜੀਆਂ ਸੋਲਡਰਿੰਗ ਬਿੱਟਸ ਆਪਾਂ ਯੂਜ਼ ਕਰਦੇ ਹਾਂ ਜਿਸ ਦੀ ਮਦਦ ਦੇ ਨਾਲ ਆਪਾਂ ਬਰੀਕ ਤੋਂ ਬਰੀਕ ਆਈ ਸੀ ਟਰਾਂਜਿਸਟਰ ਜਾਂ ਪੀ ਸੀ ਬੀ ਦੇ ਰਜਿਸਟੈਂਸ ਕਪੈਸਟਰ ਉਹਨੂੰ ਆਪਾਂ ਜਿਹੜਾ ਟਾਂਕਾ ਜਿਹੜਾ ਲਾ ਸਕਦੇ ਹਾਂ ਆਈ ਸੀ ਨੂੰ ਸੋਲਡਰ ਕਰਨ ਵਾਸਤੇ ਜਾਂ ਆਈ ਸੀ 'ਤੇ ਟਾਂਕਾ ਲਗਾਉਣ ਵਾਸਤੇ ਜਿਹੜਾ ਹੈਗਾ ਬਿੱਟ ਬਰੀਕ ਤੋਂ ਬਰੀਕ ਜਿਹੜਾ ਯੂਜ਼ ਕੀਤਾ ਜਾਂਦਾ ਹੈਗਾ ਔਰ ਦੂਸਰੇ ਜਿਹੜੇ ਹੈਵੀ ਕੰਪੋਨੈਂਟਸ ਹੈ ਜਿੱਦਾਂ ਟਰਾਂਸਫਾਰਮਰ ਹੈ ਜਾਂ ਈ ਐੱਚ ਟੀ ਹੈ ਉਹਨਾਂ ਨੂੰ ਸੋਲਡਰ ਕਰਨ ਵਾਸਤੇ ਜਿਹੜਾ ਮੋਟਾ ਜਿਹੜਾ ਮੋਟੇ ਰੂਪ ਦੇ ਵਿੱਚ ਜਿਹੜਾ ਬਿੱਟ ਹੈ ਉਹ ਆਪਾਂ ਯੂਜ਼ ਕਰਦੇ ਹਾਂ ਤਾਂ ਇਹ ਸੀ ਸੋਲਡਰਿੰਗ ਆਇਰਨ ਦੀ ਜਿਹੜੀ ਗੱਲ ਸੋਲਡਰਿੰਗ ਆਇਰਨ ਬੜਾ ਹੀ ਮਹੱਤਵਪੂਰਨ ਜਿਹੜਾ ਇੱਕ ਟੂਲ ਹੈ ਇੱਕ ਇਲੈਕਟ੍ਰੋਨਿਕਸ ਮਕੈਨਿਕ ਵਾਸਤੇ ਇਲੈਕਟ੍ਰੋਨਿਕਸ ਟੈਕਨੀਸ਼ੀਅਨ ਵਾਸਤੇ ਬੜਾ ਹੀ ਵਧੀਆ ਮਤਲਬ ਕਿ ਜਿਹੜਾ ਅਹਿਮ ਰੋਲ ਅਦਾ ਕਰਦਾ ਹੈਗਾ ਉਹਨੂੰ ਕੰਮ ਕਰਨ ਦੇ ਵਿੱਚ ਜਿਹੜਾ ਸਹਾਇਤਾ ਦਿੰਦਾ ਹੈਗਾ ਤਾਂ ਜਿਹੜਾ ਨੈਕਸਟ ਮੈਂ ਤੁਹਾਡੀ ਸਕਰੀਨ ਦੇ ਉੱਪਰ ਜਿਹੜੀ ਸਲਾਈਡ ਸ਼ੋ ਕਰ ਰਿਹਾ ਹੈਗਾ ਮੈਂ ਜਿਵੇਂ ਜ਼ਿਕਰ ਕਰ ਚੁੱਕਿਆ ਹੈਗਾ ਵੀ ਬਰੀਕ ਤੋਂ ਬਰੀਕ ਆਈ ਸੀ ਜਾਂ ਬਰੀਕ ਛੋਟੇ ਤੋਂ ਛੋਟੇ ਕੰਪੋਨੈਂਟ ਨੂੰ ਆਪਾਂ ਸੋਲਡਰ ਕਰਨ ਵਾਸਤੇ ਜਿਹੜੀ ਬਿਟਸ ਦੀ ਆਪਾਂ ਵਰਤੋਂ ਕਰਦੇ ਹਾਂ ਤਾਂ ਉਹ ਜਿਹੜੀਆਂ ਬਿਟਸ ਹੈ ਕਾਪਰ ਦੀਆਂ ਇਹ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਹੀਆਂ ਅੱਗੋਂ ਬੜੀਆਂ ਤਿੱਖੀਆਂ ਔਰ ਬਿਲਕੁਲ ਮਹੀਨ ਬਰੀਕ ਜਿਹੜੀਆਂ ਸ਼ੋ ਹੋ ਰਹੀਆਂ ਨੇ ਔਰ ਇਹ ਤਾਂਬੇ ਦੀਆਂ ਬਣੀਆਂ ਹੋਈਆਂ ਨੇ ਕਿਉਂਕਿ ਤਾਂਬੇ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਬੜਾ ਤੇਜ਼ੀ ਦੇ ਨਾਲ ਜਿਹੜਾ ਫਲੋ ਕਰਦਾ ਹੈਗਾ ਔਰ ਇਹ ਛੇਤੀ ਠੰਡੀਆਂ ਹੋ ਜਾਂਦੀਆਂ ਔਰ ਛੇਤੀ ਇਹ ਜ਼ਿਆਦਾ ਤਾਪਮਾਨ ਫੜ ਲੈਂਦੀਆਂ ਨੇ ਜ਼ਿਆਦਾ ਹੀਟ ਦੇ ਵਿੱਚ ਜਿਹੜਾ ਛੇਤੀ ਆ ਜਾਂਦੀਆਂ ਨੇ ਔਰ ਜਿਹੜਾ ਟੰਕ ਹੈਗਾ ਆਪਾਂ ਜਿਹੜਾ ਆਈ ਸੀ ਦੀਆਂ ਜਿਹੜੀਆਂ ਲੈਗਸ ਹੈ ਉਹਨੂੰ ਵਧੀਆ ਢੰਗ ਦੇ ਨਾਲ ਅਲੱਗ ਅਲੱਗ ਆਪਾਂ ਜਿਹੜਾ ਸੋਲਡਰ ਕਰ ਸਕਦੇ ਹਾਂ ਇਹ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਦਿਖਾਈ ਦੇ ਰਿਹਾ ਤਾਂ ਜਿਹੜਾ ਆਪਾਂ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਇਲੈਕਟ੍ਰੋਨਿਕਸ ਮਕੈਨਿਕ ਜਾਂ ਇਲੈਕਟ੍ਰੋਨਿਕਸ ਟੈਕਨੀਸ਼ੀਅਨ ਜਿਹੜਾ ਆਪਣੀ ਕਿੱਟ ਦੇ ਵਿੱਚ ਜਿਹੜਾ ਅਗਲਾ ਜਿਹੜਾ ਸੰਦ ਰੱਖਦਾ ਹੈਗਾ ਫਾਈਲ ਤੁਹਾਡੀ ਸਕਰੀਨ ਦੇ ਉੱਪਰ ਇੱਕ ਰੇਤੀ ਜਿਹੜੀ ਸ਼ੋ ਹੋ ਰਹੀ ਹੈ ਰੇਤੀ ਦਾ ਜਿਹੜਾ ਵਰਤਮਾਨ ਸਮੇਂ ਦੇ ਵਿੱਚ ਬੜੀ ਜਿਹੜੀ ਆਧੁਨਿਕ ਤਕਨੀਕ ਜਿਹੜੀ ਆ ਗਈ ਹੈ ਰੇਤੀ ਦਾ ਜਿਹੜਾ ਰੋਲ ਹੈ ਥੋੜ੍ਹਾ ਜਿਹਾ ਘੱਟ ਗਿਆ ਹੈਗਾ ਥੋੜ੍ਹੀ ਜਿਹੀ ਇਹਦੀ ਵਰਤੋਂ ਆ ਜਿਹੜੀ ਉਹ ਘੱਟ ਗਈ ਹੈ ਕਿਉਂਕਿ ਹਰ ਸਰਕਟ ਹਰ ਜਿਹੜਾ ਕੋਈ ਕੰਪੋਨੈਂਟ ਜਾਂ ਸਾਜੋ ਸਮਾਨ ਹੈ ਆਪਾਂ ਨੂੰ ਤਿਆਰ ਬਰ ਤਿਆਰ ਹੀ ਮਿਲਦਾ ਹੈਗਾ ਪਰ ਪੁਰਾਤਨ ਸਮੇਂ ਦੇ ਵਿੱਚ ਜਿਹੜਾ ਇਲੈਕਟ੍ਰੋਨਿਕਸ ਮਕੈਨਿਕ ਸੀ ਜਾਂ ਇਲੈਕਟ੍ਰੋਨਿਕ ਉਹ ਰੇਤੀ ਤੋਂ ਬੜਾ ਕੰਮ ਲੈਂਦੇ ਸੀਗੇ ਔਰ ਪੀ ਸੀ ਬੀ ਨੂੰ ਤਿਆਰ ਕਰਨ ਵਾਸਤੇ ਜਿਹੜਾ ਇਲੈਕਟ੍ਰੋਨਿਕਸ ਮਕੈਨਿਕ ਜਾਂ ਇਲੈਕਟ੍ਰੋਨਿਕਸ ਲੈਬ ਦੇ ਵਿੱਚ ਰੇਤੀ ਦਾ ਬੜਾ ਅਹਿਮ ਯੋਗਦਾਨ ਹੁੰਦਾ ਸੀ ਔਰ ਰੇਤੀ ਜਿਹੜੀ ਮੈਂ ਤੁਹਾਨੂੰ ਜਿਹੜੀ ਇਹ ਸ਼ੋਅ ਕੀਤੀ ਹੋਈ ਹੈ ਤੁਹਾਡੀ ਸਕਰੀਨ ਦੇ ਉੱਪਰ ਇਹਦੇ ਜਿਹੜੇ ਵੱਖ ਵੱਖ ਪਾਰਟ ਹੈ ਬਕਾਇਦਾ ਤੁਹਾਨੂੰ ਦਿਖਾਈ ਦੇ ਰਹੇ ਹੈ ਜਿਸ ਤਰ੍ਹਾਂ ਇਹਦਾ ਹੈਂਡਲ ਹੈ ਜੋ ਕਿ ਲੱਕੜੀ ਦਾ ਬਣਿਆ ਹੋਇਆ ਹੈਗਾ ਉਸ ਤੋਂ ਅੱਗੇ ਜਿਹੜਾ ਟੋਂਗ ਹੈ ਇਸਨੂੰ ਰੋਲ ਦੀ ਮਦਦ ਦੇ ਨਾਲ ਆਪਾਂ ਇਹਦੇ ਵਿੱਚ ਫੋਲਡ ਕੀਤਾ ਹੋਇਆ ਹੈਗਾ ਔਰ ਜਿਹੜਾ ਉੱਪਰਲਾ ਜਿਹੜਾ ਟੈਂਕ ਦੇ ਨਾਲ ਜਿਹੜੇ ਜਿਹੜਾ ਹੈਗਾ ਉਹਦੇ ਸ਼ੋਲਡਰ ਨੇ ਰੇਤੀ ਦੇ ਜਿਹੜੇ ਮੋਢੇ ਲਾ ਲਓ ਕਹਿ ਲਓ ਸ਼ੋਲਡਰ ਔਰ ਜਿਹੜਾ ਸਾਫ ਪਾਰਟ ਹੈ ਜਿਹਦੇ ਉੱਪਰ ਬਰੀਕ ਦੰਦੇ ਨਹੀਂ ਹੁੰਦੇ ਉਹਨੂੰ ਆਪਾਂ ਕੀਲ ਦਾ ਰੂਪ ਕੀਲ ਦਾ ਨਾਮ ਦਿੰਦੇ ਹਾਂ ਕੀਲ ਕਹਿੰਦੇ ਹਾਂ ਔਰ ਜਿਹਦੇ ਉੱਪਰ ਪੂਰੇ ਦੰਦੇ ਦਿਖਾਈ ਦੇ ਰਹੇ ਆ ਬਲੈਕ ਪਾਰਟ ਜਿਹੜਾ ਦਿਖਾਈ ਦੇ ਰਿਹਾ ਹੈਗਾ ਉਹਨੂੰ ਆਪਾਂ ਰੇਤੀ ਦਾ ਫੇਸ ਠੀਕ ਹੈ ਜੀ
और जिहड़ा हैगा पासे वाला जिहड़ा हिस्सा हैगा इहनूं आपां एज दा नाम दिंदे हां, और बिल्कुल जिहड़ा टॉप ते हैगा और अखीर दे विच जिहड़ा टिप जां पॉइंट दा नाम दित्ता जांदा। ये रेती बारे जां रेती दे जिहड़े अलग अलग पार्ट है उहनां बारे। तां नेक्स्ट जिहड़ा हैगा अगला जिहड़ा टूल है चाबियां पानी। ये भी अपने इलेक्ट्रॉनिक्स मकैनिक या इलेक्ट्रॉनिक्स टेक्नीशियन के झोले के किट के पुरातन समय के भी और वर्तमान समय के भी अपना जरा अहम रोल जरा अदा कर रहे हैं। और ये जरा है स्क्रीन के उपर जो शो हो रहा है एक एडजस्टेबल स्पैनर है उसके एक नट लग्या होंगे गा उन्होंने आप घुमा के आप किसी भी प्रकार का छोटे तो छोटा और वड्डे तो वड्डा जिहड़ा नट है वो आप खोल सकते हैं या उन्होंने आप कस सकते हैं। और ये जिहड़े तुहाडी स्क्रीन के उपर मैं शो कर रहा गा एक चाबी ते पाना रिंग प्लैन स्पैनर जिहड़ा है वो शो हो रहा है। जिहड़ा इहदा जिहड़ा मेन जिहड़ा पार्ट है जिहदे राहीं आप इहदा नंबर देख के आप ये 10 नंबर पाना है जी ये 15 नंबर पाना है इस तरह जो है नंबरिंग होती है इस तरह मतलब कि अलग अलग नटा के साइज के मुताबिक जो है स्पैनर है ये पाए जाते हैं। और जिस तरह ही जो नट सैट करके जिस तरह ही नट खोलिया जाता है उसको आप प्रोफाइल कहने हैं। और दूसरे जो पार्ट पूरे के पूरे पार्ट को आप हेड कहने हैं। और जो आप जिस नाल आप इस हाथ के फड़ते हैं ਉਹਨੂੰ ਸ਼ਾਫਟ ਕਹਿੰਦੇ ਆ। ਇਸ ਤਰ੍ਹਾਂ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਇਹ ਚਾਬੀ ਤੇ ਪਾਣੀ ਦਾ ਜਿਹੜਾ ਸ਼ੋਅ ਕੀਤਾ ਜਾਂਦਾ। ਤਾਂ ਜਿਹੜੀ ਅਗਲੀ ਜਿਹੜਾ ਹੈਗੀ ਹੈ ਮੇਰੀ ਜਿਹੜੀ ਸਲਾਈਡ ਹੈ ਤੁਹਾਡੇ ਲਈ ਆਪਾਂ ਗੱਲ ਕੀਤੀ ਸੀ ਰੇਤੀਆਂ ਫਾਇਲਸ ਦੀ। ਰੇਤੀਆਂ ਦੀਆਂ ਜਿਹੜੀਆਂ ਕਿਸਮਾਂ ਨੇ मेन जिहड़ियां मुख चार जिहड़े प्रकार दी जिहड़ी किस्मां ने ये तुहाडी स्क्रीन दे उपर शो हो रही हैं। जिहदे तहत सिंगल कट जिहड़ी रेती है, डबल कट रेती है, रास्प कट है और करवड जिहड़ी रेती शो कीती गई है। और इन्हां रेतियां दी जिहड़ी वरतों है वह आपां जिहड़ा काम दे हिसाब दे नाल आपां जिहड़ा इहदी चोण करदे हैं। जिस तरह जी रास्प कट जी रेती है वनू आप ज़्यादा जोड़ा हैवी लोहा जा हैवी पार्ट में आप फाइल करने वास्ते घसाने वास्ते ला लो जनू साफ करने वास्ते रास्प कट जी वरतू करते हैं। और सिंगल कट की जी वरतू है बिल्कुल उन्होंने प्लेन या बिल्कुल पदरा करने वास्ते आप मटीरियल बेशक वो लोहा है या कोई होर तांत है आप सिंगल कट ਤਾਂ ਇਹ ਜਿਹੜੀਆਂ ਸੀਗੀਆਂ ਰੇਤੀ ਦੀਆਂ ਕਿਸਮਾਂ। ਤਾਂ ਉਸ ਤੋਂ ਅੱਗੇ ਜਿਹੜੀ ਆਪਾਂ ਗੱਲ ਕਰਾਂਗੇ ਲਾਸਟ ਦੇ ਵਿੱਚ ਆਪਾਂ ਗੱਲ ਕਰਾਂਗੇ ਸੇਫਟੀ ਬਾਰੇ। ਮਾਹਿਰਾਂ ਦਾ ਕਹਿਣਾ ਹੈਗਾ ਵੀ ਸੇਫਟੀ ਫਸਟ। ਇੱਕ ਇਲੈਕਟ੍ਰੋਨਿਕਸ ਮਕੈਨਿਕ ਦੇ ਸਿਖਿਆਰਥੀ ਜਾਂ ਇਲੈਕਟ੍ਰੋਨਿਕਸ ਮਕੈਨਿਕ ਦੇ ਜਿਹੜਾ ਟੈਕਨੀਸ਼ੀਅਨ ਹੈ ਉਸਨੂੰ ਆਪਣੀ ਜਿਹੜੀ ਸੇਫਟੀ ਦਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ। ਔਰ ਕੰਮ ਕਰਦੇ ਸਮੇਂ ਜਿਹੜਾ ਪੂਰੇ ਦਾ ਪੂਰਾ ਜਿਹੜਾ ਧਿਆਨ ਹੈ ਆਪਣਾ ਉਸ ਕੰਮ ਵੱਲ ਜਿਹੜਾ ਹੋਣਾ ਚਾਹੀਦਾ ਹੈਗਾ ਪੂਰੇ ਦਾ ਪੂਰਾ ਆਪਣੀ ਸੁਰੱਖਿਆ ਆਪਣੇ ਹੱਥ ਔਰ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਸੇਫਟੀ ਦਾ ਹੋਣਾ ਜਿਹੜਾ ਜ਼ਰੂਰੀ ਹੈ। ਔਰ ਮੈਂ ਸਲਾਈਡ ਸ਼ੋ ਕਰਨ ਜਾ ਰਿਹਾ ਇਹਦੇ ਵਿੱਚ ਦੱਸਿਆ ਗਿਆ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਹੈਗਾ ਆਪਾਂ ਨੂੰ ਜਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਇੱਕ ਇਲੈਕਟ੍ਰੋਨਿਕਸ ਸਾਹਿਬ ਦੇ ਵਿੱਚ। ਇੱਕ ਇਲੈਕਟ੍ਰੋਨਿਕਸ ਵਰਕਸ਼ਾਪ ਦੇ ਵਿੱਚ ਵਾਰਨਿੰਗ ਸਾਈਨਸ ਵਗੈਰਾ ਲੱਗੇ ਹੋਣੇ ਚਾਹੀਦੇ ਨੇ ਤਾਂ ਜੋ ਸਿਖਿਆਰਥੀਆਂ ਨੂੰ ਜਾਂ ਕੋਈ ਬਾਹਰੀ ਵਿਅਕਤੀ ਜਿਹੜਾ ਉਹਦੇ ਵਿੱਚ ਦਾਖਲ ਹੁੰਦਾ ਹੈਗਾ ਉਹਨੂੰ ਪਤਾ ਚੱਲੇ ਵੀ ਇੱਥੇ ਜਿਹੜਾ ਹੈਗਾ ਕੰਮ ਆਪਾਂ ਵੀ ਸਾਵਧਾਨੀ ਨਾਲ ਕਰਨਾ ਹੈਗਾ ਗਾ ਔਰ ਵਧੀਆ ਤਰੀਕੇ ਨਾਲ ਕਰਨਾ ਹੈਗਾ ਗਾ
ਇਹਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਲਿਖਿਆ ਹੈ ਨੀ ਇੰਗਲਿਸ਼ ਦੇ ਵਿੱਚ ਮੈਂ ਪੜ੍ਹ ਰਿਹਾ ਓਵੇ ਵਾਰਨਿੰਗ ਸਾਈਨਸ ਐਂਡ ਨੈਵਰ ਪੁੱਟ ਯੂਰਸੈਲਫ ਔਰ ਅਦਰਸ ਇਨ ਡੈਂਜਰ ਕਹਿੰਦਾ ਉਹਨਾਂ ਵਾਰਨਿੰਗ ਸਾਇੰਸ ਦੀ ਜਿਹੜੀ ਪਾਲਣਾ ਕਰੋ ਜੋ ਉੱਥੇ ਵਰਕਸ਼ਾਪ ਦੇ ਵਿੱਚ ਲਗਾਏ ਗਏ ਨੇ ਵਾਰਨਿੰਗ ਸਾਈਨ ਜਿਹੜਾ ਤੁਹਾਨੂੰ ਦੱਸਦੇ ਨੇ ਵੀ ਇਸ ਤਾਰ ਨੂੰ ਟੱਚ ਨਹੀਂ ਕਰਨਾ ਇੱਥੇ ਖਤਰਾ ਹੈਗਾ ਇੱਥੇ ਨੰਗੀ ਤਾਰ ਹੈ ਇੱਥੇ ਕਰੰਟ ਫਲੋ ਹੋ ਰਿਹਾ ਹੈਗਾ ਇਹਦੇ ਵਿੱਚ 220 ਵੋਲਟ ਦੀ ਕਰੰਟ ਹੈ ਇਸ ਤਰ੍ਹਾਂ ਦੇ ਜਿਹੜੇ ਸਾਈਨ ਆਪਾਂ ਲੈਬ ਦੇ ਵਿੱਚ ਲਗਾਉਣੇ ਹੈ ਤਾਂ ਕੀ ਹੈ ਉਹਦੀ ਜਿਹੜੀ ਪਾਲਣਾ ਕਰਨੀ ਬਣਦੀ ਹੈ ਔਰ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ ਦੂਜਿਆਂ ਨੂੰ ਵੀ ਖਤਰੇ ਦੇ ਵਿੱਚ ਨਾ ਪਾਓ ਨੈਵਰ ਪੁੱਟ ਯੂਅਰ ਫਿੰਗਰਸ ਔਰ ਐਨੀਥਿੰਗ ਇਨ ਟੂ ਏ ਪਲੱਗ ਸੋਕਟ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੋਨਿਕਸ ਲੈਬ ਦੇ ਵਿੱਚ ਕੋਈ ਪਲੱਗ ਲੱਗਿਆ ਹੋਇਆ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਬਿਜਲੀ ਉਪਕਰਨ ਹੈ ਉਹਨੂੰ ਛੇਤੀ ਛੇਤੀ ਆਪਣੇ ਜਿਹੜੇ ਹੱਥਾਂ ਦੇ ਨਾਲ ਜਾਂ ਆਪਣੀਆਂ ਉਂਗਲਾਂ ਦੇ ਨਾਲ ਟੱਚ ਕਰਨ ਦੀ ਕੋਸ਼ਿਸ਼ ਨਾ ਕਰੋ ਨੈਕਸਟ ਹੈ ਇਫ ਯੂ ਸੀ ਏ ਬ੍ਰੋਕਨ ਵਾਇਰ ਡੋਂਟ ਟੱਚ ਇਟ ਐਂਡ ਟੈਲ ਏ ਇੰਸਟ੍ਰਕਟਰ ਜਾਂ ਫਿਰ ਘਰ ਦੇ ਵਿੱਚ ਅਗਰ ਆਪਾਂ ਘਰ ਦੀ ਗੱਲ ਕਰ ਲਈਏ ਇੱਥੇ ਇਹਨੇ ਘਰ ਦੀ ਗੱਲ ਕੀਤੀ ਹੈ ਜੇਕਰ ਘਰ ਦੇ ਵਿੱਚ ਕੋਈ ਤਾਰ ਤੁਹਾਨੂੰ ਟੁੱਟੀ ਦਿਖਾਈ ਦਿੰਦੀ ਹੈ ਵੀ ਇਹ ਟੁੱਟ ਗਈ ਹੈ ਜਾਂ ਇਹ ਖਰਾਬ ਹੋ ਗਈ ਹੈ ਜਾਂ ਇਹ ਨੰਗੀ ਹੋ ਗਈ ਹੈ ਇਹਦਾ ਜਿਹੜਾ ਕੰਡਕਟਿੰਗ ਪਾਰਟ ਅੰਦਰ ਕੰਡਕਟਰ ਜਿਹੜਾ ਦਿਖਾਈ ਦੇ ਰਿਹਾ ਹੈਗਾ ਤਾਂ ਉਸ ਬਾਰੇ ਜਿਹੜਾ ਸੰਬੰਧਿਤ ਇੰਸਟ੍ਰਕਟਰ ਨੂੰ ਜਾਂ ਘਰ ਦੇ ਵਿੱਚ ਆਪਣੇ ਪੇਰੈਂਟਸ ਨੂੰ ਦੱਸਣਾ ਬਣਦਾ ਹੈਗਾ ਤਾਂ ਜੋ ਉਸਦਾ ਜਿਹੜਾ ਖਤਰੇ ਤੋਂ ਜਿਹੜਾ ਬਚਿਆ ਜਾ ਸਕੇ ਉਹ ਆਪਣੇ ਵਾਸਤੇ ਜਿਹੜਾ ਖਤਰਾ ਸਾਬਿਤ ਡੂ ਨਾਟ ਬਾਏ ਔਰ ਯੂਜ਼ ਏ ਫੇਕ ਚਾਰਜਰ ਵਰਤਮਾਨ ਸਮੇਂ ਦੇ ਵਿੱਚ ਦੇਖਿਆ ਆਪਾਂ ਮੋਬਾਈਲ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹਾਂ ਆਪਾਂ ਸਾਰੀ ਸਭ ਤੋਂ ਵੱਧ ਜਿਹੜੀ ਮੋਬਾਈਲ ਦੀ ਵਰਤੋਂ ਕਰ ਰਹੇ ਹਾਂ ਵਰਤਮਾਨ ਸਮੇਂ ਦੇ ਵਿੱਚ ਮੋਬਾਈਲ ਦੀ ਕ੍ਰਾਂਤੀ ਹੈ ਉਹਦੇ ਵਾਸਤੇ ਆਪਾਂ ਮਤਲਬ ਕਿ ਜਿਹੜਾ ਯੂਜ ਕਰਦੇ ਹਾਂ ਫੇਕ ਚਾਰਜਰ ਦੇਸੀ ਚਾਰਜਰ ਕਹਿ ਲਓ ਆਪਾਂ ਪੰਜਾਬੀ ਦੇ ਵਿੱਚ ਮੈਂ ਠੇਠ ਮਲੋਈ ਭਾਸ਼ਾ ਦੇ ਵਿੱਚ ਕਹਾਂ ਵੀ ਆਪਾਂ ਦੇਸੀ ਜਿਹਾ ਚਾਰਜਰ ਲੈ ਆਉਂਦੇ ਹਾਂ ਬਾਜ਼ਾਰ ਦੇ ਵਿੱਚੋਂ ਔਰ ਆਪਾਂ ਦੇਖਦੇ ਨਹੀਂ ਵੀ ਇਹ ਜਿਹੜਾ ਹੈਗਾ ਗਾ ਫੋਨ ਹੈ ਇਹਨੂੰ ਕਿੰਨੇ ਜਿਹੜਾ ਹੈਗਾ ਵੋਲਟੇਜ ਦੀ ਲੋੜ ਹੈਗੀ ਹੈ ਜਾਂ ਕਿਵੇਂ ਹੈ ਆਪਣੇ ਪਿੰਡਾਂ ਦੇ ਵਿੱਚ ਅਕਸਰ ਦੇਖਿਆ ਗਿਆ ਕਿ ਇਹ ਗੱਲਾਂ ਨਹੀਂ ਦੇਖੀਆਂ ਜਾਂਦੀਆਂ ਵੀ ਉਹਦੀ ਚਾਰਜਰ ਦੀ ਕਿੰਨੀ ਆਉਟਪੁੱਟ ਹੈ ਕਿੰਨੀ ਜਿਹੜੀ ਹੈਗਾ ਉਹਦੀ ਸਮਰੱਥਾ ਹੈ ਉਹ ਬਸ ਲਿਆ ਕੇ ਚਾਰਜਿੰਗ 'ਤੇ ਲਾ ਦਿੰਦੇ ਆ ਅਤੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਇਹਦਾ ਇੰਜਾਮ ਹੈ ਉਹ ਜਾਂ ਤਾਂ ਮੋਬਾਈਲ ਦਾ ਧਮਾਕਾ ਹੋ ਜਾਂਦਾ ਜਾਂ ਉਹ ਚਾਰਜਰ ਫਟ ਜਾਂਦਾ ਜਿਹਦੇ ਨਾਲ ਆਪਾਂ ਨੂੰ ਜਿਹੜਾ ਹੈਗਾ ਗਾ ਝਟਕੇ ਦਾ ਖਤਰਾ ਹੁੰਦਾ ਇਸ ਤਰ੍ਹਾਂ ਜਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈਗਾ ਅਗਲਾ ਹੈਗਾ ਨੈਵਰ ਲੀਵ ਐਨੀਥਿੰਗ ਪਲੱਗਡ ਇਨ ਐਂਡ ਚਾਰਜਿੰਗ ਵਾਈਲ ਯੂ ਸਲੀਪ ਜਦੋਂ ਵੀ ਆਪਾਂ ਆਪਣੇ ਘਰ ਦੇ ਵਿੱਚ ਕਮਰੇ ਦੇ ਵਿੱਚ ਆਪਾਂ ਸੌਂਦੇ ਹਾਂ ਤਾਂ ਇਹ ਖਿਆਲ ਰੱਖਿਆ ਜਾਵੇ ਵੀ ਕਿਸੇ ਵੀ ਪ੍ਰਕਾਰ ਦਾ ਜਿਹੜਾ ਉਪਕਰਨ ਹੈ ਉਹ ਪਲੱਗਡ ਨਾ ਹੋਵੇ ਉਹ ਪਲੱਗ ਦੇ ਵਿੱਚ ਨਾ ਲੱਗੇ ਜਿਸ ਤਰ੍ਹਾਂ ਆਪਾਂ ਆਪਣੇ ਪਿੰਡਾਂ ਦੇ ਵਿੱਚ ਖਾਸ ਕਰ ਮੈਂ ਮਾਲਵੇ ਦੀ ਗੱਲ ਕਰਾਂ ਤਾਂ ਮਾਲਵੇ ਵਿੱਚ ਮੈਕਸੀਮਮ ਜਿਹੜੇ ਲੋਕਾਂ ਦੀਆਂ ਜਿਹੜੀਆਂ ਆਦਤਾਂ ਨੇ ਉਹ ਇਹ ਹੈ ਵੀ ਸਾਰਾ ਦਿਨ ਆਪਾਂ ਮੋਬਾਈਲ ਚਲਾਉਂਦੇ ਹਾਂ ਰਾਤ ਨੂੰ ਆਪਾਂ ਉਹਨੂੰ ਚਾਰਜ 'ਤੇ ਲਾ ਦਿੰਦੇ ਔਰ ਉਹ ਲਗਾਤਾਰ ਚਾਰਜ ਹੁੰਦਾ ਰਹਿੰਦਾ ਹੈਗਾ ਇੱਕ ਵਾਰੀ ਦੋ ਵਾਰੀ ਚਾਰ ਵਾਰੀ ਆਪਾਂ ਇਸ ਤਰ੍ਹਾਂ ਹੀ ਨਿਰੰਤਰ ਆਪਾਂ ਇਹ ਜਿਹੜੇ ਚਾਰਜਰ ਹੈ ਇਹਨੂੰ ਆਪਾਂ ਰਾਤ ਨੂੰ ਪਲੱਗਡ ਕਰ ਦਿੰਦੇ ਹਾਂ ਔਰ ਉਹ ਚੱਲਦਾ ਰਹਿੰਦਾ ਹੈਗਾ ਜਿਸ ਦੇ ਨਾਲ ਜਿਹੜਾ ਹੈਗਾ ਗਾ ਕੁਛ ਦਿਨ ਪਾ ਕੇ ਉਹ ਜਿਹੜਾ ਚਾਰਜ ਹੈ ਖਰਾਬ ਹੋ ਜਾਂਦਾ ਹੈ ਜਾਂ ਉਹ ਮੋਬਾਈਲ ਪ੍ਰੋਬਲਮ ਦੇਣ ਲੱਗ ਜਾਂਦਾ ਹੈਗਾ ਇਸ ਕਰਕੇ ਰਾਤ ਨੂੰ ਕਦੇ ਵੀ ਸੌਣ ਵੇਲੇ ਚਾਹੇ ਨਹੀਂ ਲਾਉਣਾ ਚਾਹੀਦਾ ਕਿਸੇ ਵੀ ਚਾਰਜਿੰਗ 'ਤੇ ਲਾਉਣਾ ਚਾਹੀਦਾ ਔਰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਜਿਹੜਾ ਬਿਜਲੀ ਉਪਕਰਨ ਹੈ ਉਹ ਨਹੀਂ ਲੱਗਿਆ ਹੋਣਾ ਚਾਹੀਦਾ ਤੁਹਾਡੇ ਕੋਲ ਸਟੇ ਅਵੇ ਫਰੋਮ ਪਾਵਰ ਸਟੇਸ਼ਨ ਨੋ ਮੈਟਰ ਦਾ ਜਿਹੜੇ ਵੀ ਆਪਣੇ ਪਾਵਰ ਸਟੇਸ਼ਨ ਨੇ ਠੀਕ ਹੈ ਜਿੱਥੇ ਬਿਜਲੀ ਦਾ ਬਹਾਅ ਹੈਗਾ ਜਿੱਥੋਂ ਬਿਜਲੀ ਡਿਸਟ੍ਰੀਬਿਊਸ਼ਨ ਉੱਥੇ ਜ਼ਿਆਦਾ ਜਿਹੜਾ ਆਵਾਜਾਈ ਨਾ ਕੀਤੀ ਜਾਵੇ ਕੀਪ ਆਲ ਮੈਟਲਸ ਓਬਜੈਕਟ ਸੱਚ ਐਜ਼ ਪੈਟਰੋਲੀ ਆਊਟ ਆਫ ਘਰਾਂ ਦੇ ਵਿੱਚ ਆਪਾਂ ਓਵਨ ਟੋਸਟਰ ਵਗੈਰਾ ਵਰਤਦੇ ਹਾਂ ਠੀਕ ਹੈ ਉਹਦੇ ਵਿੱਚ ਆਪਾਂ ਜਿਹੜੇ ਕਟਰ ਹੈ ਜਾਂ ਚਮਚੇ ਹੈ ਉਹ ਸਟੀਲ ਦੇ ਹੁੰਦੇ ਆ ਮੈਟਲ ਦੇ ਹੁੰਦੇ ਆ ਤਾਂ ਉਹਦੇ ਨਾਲ ਵੀ ਆਪਾਂ ਨੂੰ ਜਿਹੜਾ ਝਟਕਾ ਲੱਗਣ ਦਾ ਡਰ ਹੁੰਦਾ ਤਾਂ ਜਿਹੜੇ ਉਹ ਇਲੈਕਟ੍ਰੋਨਿਕਸ ਆਪਾਂ ਨੂੰ ਡਿਵਾਈਸ ਬਣਾ ਕੇ ਦਿੱਤੇ ਆ ਇਲੈਕਟ੍ਰੋਨਿਕਸ ਇੰਜੀਨੀਅਰਸ ਨੇ ਆਪਣੀ ਸੁੱਖ ਸਹੂਲਤ ਵਾਸਤੇ ਰਸੋਈ ਦੇ ਵਿੱਚ ਆਪਾਂ ਖਾਣਾ ਤਿਆਰ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਗਰੇਜ਼ ਕੀਤਾ ਜਾਵੇ ਕਿ ਜਿਹੜੇ ਮੈਟਲ ਦੇ ਜਿਹੜੇ ਕੜਛੀਆਂ ਜਾਂ ਚਮਚੇ ਹੈ ਉਹਦੀ ਵਰਤੋਂ ਨਾ ਕੀਤੀ ਜਾਵੇ ਕਟਰ ਦੀ ਵਰਤੋਂ ਨਾ ਕੀਤੀ
जाए। कीप वाटर अवे फ्रॉम इलेक्ट्रिकल सच एज हेयर ड्रायर्स। इलेक्ट्रॉनिक्स की जिहड़ा वर्तमान समय के समा किसी को भी नहीं हुंदा तां वधा वधा आपां बाल धो लैंदे आं, उहनूं सुखाउण दा जिहड़ा अपना बड़ी जल्दी हुंदी है। हेयर ड्रायर की वरतों हर घर के कीती जांदी है, तां उहदी वरतों के दौरान जिहड़ा ये ख्याल रखा जाए कि पानी की जिहड़ी जी हैगी है पानी वो संपर्क के पानी वो अंदर ना जाए। नैवर फ्लाई काइट्स नियर पावर लाइनस, ऑलवेज फाइंड ओपन स्पेस। पतंगबाजी चाइना डोर के नाल किन्ने जोड़े घटनावान वापरी हैं, तारा के नाल टच होके बड़ा भयानक भयानक हादसे वापरे है। वैन रिमूविंग ए प्लग टर्न टर्न इट ऑफ एंड डोंट पुल ऑन द प्लग है जेडे किस कोई भी अपना इक्यूपमेंट या डिवाइस आप चलाने हैं तो वह जो प्लग है उन्होंने वरतों तो बाद हमेशा उन्होंने ला के रख देना चाहिए, वो प्लग बिच नहीं रहना चाहिए, तो उन्होंने प्रॉपर ढंग के नो कढ़ देना चाहिए ता जो जो कोई खतरा है किसी भी प्रकार का ना हो गया। सो जो मेरा अज का जो टॉपिक सी इलेक्ट्रॉनिक्स मकैनिक लैब वर्कशॉप के हैंड टूल्स की वरतों, हैंड टूल्स कि वरते जाते हैं उन्होंने बारे आप जी जानकारी शेयर की है। और ये जी थोड़े दिमाग के कोई किसी भी प्रकार का कोई प्रश्न आता है तो तुम इंक्वायरी करना चाहते हो या कुछ पूछना चाहते हो तो मोस्ट वेलकम। इस बारे मैथों जो पूछ लिया जाए मेरा व्हाट्सएप नंबर है जी और मेरी मेल आईडी है। कोई भी क्वेश्चन पूछना चाहते हो इस टॉपिक के संबंध में तो प्लीज मैंने जरा कॉन्टैक्ट कर लिया जाए। तो बहुत बहुत धन्यवाद सारे पंजाब के समूह आई टी आई के स्टाफ का, बहुत बहुत धन्यवाद मेरे सुझाव का, बहुत बहुत शुक्रिया। और स्पेशली थैंक्स मतलब ट्रेनिंग ऑफिसर और पवन जी मेरे प्रिंसिपल रविंदर कौर जी, मेरे जे आई साहब सरदार अकबाल सिंह जी का और मेरे पूरे स्टाफ का बड़ा कोऑपरेट किया। शुक्रिया शुक्रिया सर शुक्रिया मेहरबानी। मेरे ख्याल संजीव जी है, तुसी संजीव हो? हाँ हाँ संजीव ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਐਕਸਲੈਂਟ ਈਸ਼ਵਰ ਸਰ, ਐਕਸਲੈਂਟ ਸਰ, ਥੈਂਕ ਯੂ ਸਰ, ਥੈਂਕ ਯੂ ਸੋ ਮਚ, ਥੈਂਕ ਯੂ।